21 ਸਾਲ ਹੋ ਗਏ ਮੰਗਲ ਸੰਧੂਰਾਂ ਨੂੰ ਗਾਉਂਦਿਆਂ ਕਿੰਨੀਆਂ ਗੱਡੀਆਂ ਖਰੀਦੀਆਂ ਗੱਡੀਆਂ ਇੱਕ ਐਕਸਪਲੈਂਡਰ ਖਰੀਦਿਆ ਜੋ ਵੀ ਲੋਨ ਲੈ ਕੇ ਕਹਿੰਦੇ ਅਮਰਿੰਦਰ ਗਿੱਲ ਪੰਜਾਬੀ ਇੰਡਸਟਰੀ ਦਾ ਪਾਰਸ ਆ ਜਿਹੜਾ ਉਹਦੇ ਨਾਲ ਲੱਗਦਾ ਤਰ ਜਾਂਦਾ ਤੁਸੀਂ ਕਿਉਂ ਨਹੀਂ ਤਰੇ ਪਏ ਐਨੇ ਗਾਣੇ ਆਉਣ ਦੇ ਬਾਵਜੂਦ ਜੈਨੇ ਲੰਬੇ ਸਮੇਂ ਤੋਂ ਮਤਲਬ ਉਹ ਮੁਕਾਮ ਉਹ ਚੀਜ਼ਾਂ ਅਜੇ ਤੱਕ ਨਹੀਂ ਉਹ ਹਾਸਲ ਹੋਈਆਂ ਹਾਰੀ ਸਾਰੀ ਦੇਣਾ ਬਸ ਖੇਡੜੀ ਕਬੱਡੀ ਉਹੀ ਇਹ ਪਲੇਅਰ ਜੇ ਨਾ ਜਿੱਤੇ ਇੱਥੇ ਗੱਡੀ ਆਹ ਬੜੀ ਸੌਖੀ ਹੁੰਦੀ ਫੋਕੀ ਫੜ ਮਾਰਨੀ ਕਾਹ ਕਿਮਤ ਮੈਦਾਨ ਚਾਹੀਦੀ ਐਵੇਂ ਖੇਡੀਆਂ ਨਹੀਂ ਜਾਂਦੀਆਂ ਕਬੱਡੀਆਂ ਦੇ ਪੱਟਾਂ ਵਿੱਚ ਜਾਨ ਚਾਹੀਦੀ ਹਰ ਇੱਕ ਯਾਰ ਦੋਸਤ ਨੂੰ ਮੌਕਾ ਦਿੰਦੇ ਕਹਿੰਦੇ ਕਪਲ ਸ਼ਰਮਾ ਹਾਂ 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 ਬੜਿਆਂ ਨੂੰ ਐ ਕਿਵੇਂ ਕਿਤੇ ਨਾਲ ਆਵਾਂ ਚਲੋ ਸਾਡੀ ਵੀ ਵਾਰੀ ਵਾਰੀ ਆ ਜਾਏਗੀ ਸਾਰੇ ਸਾਡੇ ਭਰਾ ਹੀ ਨੇ ਬੇੜੀ ਅੱਧ ਵਿਚਾਲੇ ਜੇ ਫਸੀ ਹੈ ਅੱਧ ਵਿਚਾਲੇ ਪੂਰੀ ਥੋੜੀ ਚੁੱਕ ਕਰ ਜਾ ਨਾ ਦੇਵੀ ਮੈਨੂੰ ਦਾਜ ਬਾਬੂਲਾ ਸਾਰੀ ਉਮਰਾਂ ਨਿਲਖਣਾ ਸਾਰੀ ਉਮਰਾਂ ਨਿਲਖਣਾ ਵਿਆਜ ਬਾਬੂਲਾ ਹੋ ਚੁੱਕ ਕਰ ਜਾ ਨਾ ਦੇਵੀ ਮੈਨੂੰ ਦਾਜ ਬਾਬੂਲਾ ਸਾਬ ਤੋਂ ਲਮਾ ਸਮਾਂ ਮੈਂ 14 15 ਸਾਲ ਮਨਿੰਦਰ ਗਿੱਲ ਜੀ ਹੋਣਾ ਲੈ ਉਹਨਾਂ ਦੇ ਨਾਲ ਬੈਕਵੌਕਲ ਕੀਤੀ ਐ ਸਕਦੀ ਐਂ ਲੱਗਿਆ ਕਿ ਮੰਗਲ ਸੰਧੂ ਨੇ 24 ਸਾਲ ਖਰਾਬੀ ਕਰ ਲਈ ਆਹ ਮੇਰੀ ਦੋ ਗਲੇ ਬੰਦੇ ਨਾ ਨਹੀਂ ਉਹ ਮੱਥ ਮਿਲਦੀ ਜਾਰ-ਵਾਰ ਦੇਵਾ ਜਿੱਥੇ ਅੜੇ ਸੂਈ ਦਿਲ ਦੀ ਆਹ ਭੜਿਆ ਵਿਚਾਰ ਲਵੀ ਬੱਲੀਏ ਜੇ ਮੁੜਕ ਦੇ ਕੀਤੀ ਹੈਰਾ ਫੇਰੀ ਭੰਗੇ ਅੜਬ ਜਹੇ ਦੇ ਨਾਲ ਲੈਂਦੀ ਐ ਮੱਤ ਵੱਜ ਗਈ ਐ ਜੱਟ ਇਹ ਕਿਉਂ ਤੇਰੀ ਸਤਿ ਸ਼੍ਰੀ ਅਕਾਲ ਜੀ ਪ੍ਰਾਈਮ ਏਸ਼ੀਆ ਟੀਵੀ ਤੁਸੀਂ ਵੇਖ ਰਹੇ ਹੋ ਮੈਂ ਪਰਮ ਸਿੰਘ ਪ੍ਰੋਗਰਾਮ ਪ੍ਰਾਈਮ ਆਰਟਿਸਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਤੇ ਹਰ ਹਫਤੇ ਦੇ ਵਿੱਚ ਆਪਾਂ ਇੱਕ ਕਲਾਕਾਰ ਤੇ ਫਨਕਾਰ ਦੇ ਨਾਲ ਤੁਹਾਡੀ ਮੁਲਾਕਾਤ ਕਰਾਉਂਦੇ ਆ ਜਿਹੜੇ ਲੰਬੇ ਸਮੇਂ ਤੋਂ ਗਾਇਕੀ ਦੇ ਖੇਤਰ ਦੇ ਵਿੱਚ ਨੇ ਸੰਗੀਤ ਦੇ ਖੇਤਰ ਦੇ ਵਿੱਚ ਨੇ ਭਾਵੇਂ ਉਹ ਗਾਣੇ ਲਿਖਦੇ ਨੇ ਭਾਵੇਂ ਉਹ ਗਾਉਂਦੇ ਨੇ ਤੇ ਭਾਵੇਂ ਉਹ ਗੀਤ ਬਣਾਉਂਦੇ ਨੇ ਅਜਿਹੇ ਫਨਕਾਰਾਂ ਦੇ ਨਾਲ ਆਪਾਂ ਤੁਹਾਡੀ ਮੁਲਾਕਾਤ ਹਰ ਹਫਤੇ ਕਰਾਉਂਦੇ ਆ ਤੇ ਅੱਜ ਪ੍ਰਾਈਮ ਏਸ਼ੀਆ ਟੀਵੀ ਦੇ ਵੇੜੇ ਦੇ ਵਿੱਚ ਉਹ ਕਲਾਕਾਰ ਉਹ ਫਨਕਾਰ ਆ ਲੰਬਾ ਸਮਾਂ ਸੰਘਰਸ਼ ਜਿਹੜਾ ਉਹਨਾਂ ਨੇ ਕੀਤਾ ਗਾਇਕੀ ਦੇ ਖੇਤਰ ਦੇ ਵਿੱਚ ਪੈਸਾ ਪਤਾ ਨਹੀਂ ਕਿੱਥੋਂ ਆਉਂਦਾ ਕਿਹੜੇ ਕੰਪਨੀ ਵਾਲੇ ਸਾਥ ਦਿੰਦੇ ਨੇ ਕਿਹੜੇ ਯਾਰ ਦੋਸਤ ਸਾਥ ਦਿੰਦੇ ਨੇ 24 ਸਾਲ ਹੋ ਗਏ ਨੇ ਗੀਤ ਗਾਉਂਦਿਆਂ ਨੂੰ ਕਈ ਕਲਾਕਾਰਾਂ ਦੇ ਬੈਕ ਵੋਕਲ ਤੇ ਕੰਮ ਕੀਤਾ ਕਈਆਂ ਦੇ ਨਾਲ ਸਟੇਜਾਂ ਸ਼ੇਅਰ ਕੀਤੀਆਂ ਨੇ ਪਰ ਅੱਜ ਵੀ ਐਸਾ ਨਾਮ ਨਹੀਂ ਬਣਿਆ ਜੋ ਬਣਨਾ ਚਾਹੀਦਾ ਸੀ ਕੀ ਗਿਲੇ ਸ਼ਿਕਵੇ ਨੇ ਭਾਈ ਸਾਹਿਬ ਉਹਨਾਂ ਦੇ ਕਰਾਂਗੇ ਉਹਨਾਂ ਨਾਲ ਗੱਲਬਾਤ ਬਹੁਤ ਹਿੱਤਗੀਤ ਮਾਰਕੀਟ ਦੇ ਵਿੱਚ ਵੀ ਦਿੱਤੇ ਨੇ ਪ੍ਰਧਾਨਗੀ ਗੀਤ ਹੋ ਗਿਆ ਕਬੱਡੀ ਗੀਤ ਹੋ ਗਿਆ ਅਜਿਹੇ ਬਹੁਤ ਸਾਰੇ ਗੀਤ ਨੇ ਆਓ ਗੱਲ ਕਰਦੇ ਆ ਉਹਨਾਂ ਦਾ ਕਰਦੇ ਸਵਾਗਤ ਮੰਗਲ ਸੰਧੂ ਜੀ ਅੱਜ ਸਾਡੇ ਕੋਲ ਆਏ ਨੇ ਤੇ ਪਹਿਲਾਂ ਕਰਦੇ ਆ ਸਵਾਗਤ ਫਿਰ ਕਰਦੇ ਆ ਗੱਲਾਂ ਬਾਤਾਂ ਸਸਕਲ ਬਾਈ ਜੀ ਕੀ ਹਾਲ ਹੈ ਜੀ ਸਸਕਲ ਜੀ ਮੈਂ ਬਹੁਤ ਜ਼ਰਾ ਤਨਵਾਦ ਥੈਂਕਸਫੁਲ ਕਰਦਾ ਪ੍ਰਾਈਮੇਸ਼ੀਆ ਟੀਵੀ ਪੂਰੀ ਉਹਨਾਂ ਦੀ ਟੀਮ ਦਾ ਜਿਨ੍ਹਾਂ ਨੇ ਮੈਨੂੰ ਬੁਲਾ ਕੇ ਤੁਹਾਡੇ ਰੂਬਰੂ ਔਰ ਗੱਲਾਂ ਕਰਨ ਦਾ ਮੌਕਾ ਦਿੱਤਾ ਧੰਨਵਾਦ ਮੰਗਲ ਜੀ ਇੰਨਾ ਸਮਾਂ ਹੋ ਗਿਆ ਗੀਤ ਗਾਉਂਦੇ ਆ ਹਾਂਜੀ ਗੀਤ ਤੁਹਾਡੇ ਜਿਹੜੇ ਆਏ ਨੇ ਮਾਰਕੀਟ 'ਚ ਬੜਾ ਪਿਆਰ ਮਿਲਿਆ ਗੀਤਾਂ ਇਹ ਨਹੀਂ ਆਪਾਂ ਕਹਿ ਸਕਦੇ ਵੀ ਗੀਤਾਂ ਨੂੰ ਪਿਆਰ ਨਹੀਂ 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 ਗੀਤ ਇਹ ਨਹੀਂ ਕਹਿ ਸਕਦੇ ਗੀਤਾਂ ਨੂੰ ਬਹੁਤ ਪਿਆਰ ਮਿਲਿਆ ਭਾਵੇਂ ਉਹ ਤੁਹਾਡਾ ਸਵਰਾਜ ਗੀਤ ਹੋਵੇ ਭਾਵੇਂ ਉਹ ਤੁਹਾਡਾ ਗੀਤ ਨੇ ਪ੍ਰਧਾਨਗੀ ਗੀਤ ਹੋਵੇ ਭਾਵੇਂ ਉਹ ਕਬੱਡੀ ਗੀਤ ਹੋਵੇ ਭਾਵੇਂ ਉਹ ਧਾਰਮਿਕ ਗੀਤ ਹੋਣ ਧਾਰਮਿਕ ਹਰ ਗੀਤ ਨੂੰ ਮਾਰਕੀਟ 'ਚੋਂ ਪਿਆਰ ਮਿਲਿਆ ਫਿਰ ਆਪਾਂ ਇਹ ਕਹਿ ਸਕਦੇ ਹਾਂ ਕਿ ਕਮੀ ਕਿੱਥੇ ਰਹਿ ਗਈ ਵੀ ਮੰਗਲ ਸੰਧੂ ਜਿਨ੍ਹਾਂ ਦੇ ਨਾਲ ਗਾਉਂਦੇ ਸੀ ਜਿਨ੍ਹਾਂ ਦੇ ਨਾਲ ਮਹਿਫਲਾਂ ਲਾਉਂਦੇ ਸੀ ਉਹ ਕਿਤੇ ਦੀ ਕਿਤੇ ਉਡਾਰੀ ਮਾਰ ਗਏ ਤੇ ਮੰਗਲ ਸੰਗੂ ਉੱਥੇ ਟਿਲਵੇਂ ਹੀ ਰਹਿ ਗਏ ਕੀ ਗੱਲ ਗਾਹ ਨਹੀਂ ਦੇਖੋ ਗੱਲ ਇਹ ਹੈ ਕਿ ਜਿਹੜਾ ਇਨਸਾਨ ਹੈ ਉਹ ਆਪਣੇ ਆਠ ਨੂੰ ਲੈ ਕੇ ਜਦੋਂ ਸ਼ੁਰੂ ਹੁੰਦਾ ਹੈ ਇਸ ਖੇਤਰ ਦੇ ਵਿੱਚ ਚੱਲਦਾ ਅੱਗੇ ਤੋਂ ਅੱਗੇ ਮੱਲਾ ਮਾਰਦਾ ਆਪਣੇ ਦੋਸਤਾਂ ਨਾਲ ਆਪਣੇ ਕੈਰੀਅਰ ਨਾਲ ਲਾ ਕੇ ਗੱਲ ਇਹ ਕਿ ਉਹ ਉਹਦੀ ਵਾਹਿਗੁਰੂ ਦੀ ਮੌਜ ਹੈ ਉਸ ਪਰਮਾਤਮਾ ਦੀ ਕਿ ਮੇਰੇ 'ਚ ਕੋਈ ਕਮੀ ਹੋਏਗੀ ਜਾਂ ਮੇਰੇ ਮੈਂ ਕਹਿ ਸਕਦਾ ਕਿ ਮੇਰੇ ਲੱਕ ਦੇ ਵਿੱਚ ਜਾਂ ਮੇਰੀ ਕਿਸਮਤ ਦੇ ਵਿੱਚ ਨਾ ਤੇ ਸਪੋਰਟ ਚਲੋ ਉਸ ਪ੍ਰਮਾਤਮਾ ਦੀ ਫੇਰ ਵੀ ਬੜੀ ਕਿਉਂਕਿ ਹੁਣ ਤੱਕ 24 ਸਾਲ ਹੋ ਗਏ ਬੜਾ ਲੰਮਾ ਸਮਾਂ ਮੈਂ ਤਾਂ ਬਹੁਤ ਵਾਰੀ ਛੱਡਣ ਦੀ ਕੋਸ਼ਿਸ਼ ਕੀਤੀ ਗਾਇਕੀ ਕਿ ਮੈਂ ਯਾਰ ਛੱਡਦਾ ਤੇ ਉਹਦੇ ਵਿੱਚ ਮੈਂ ਆਪਣੇ ਸਤਿਗੁਰੂ ਉਸ ਪ੍ਰਮਾਤਮਾ ਦਾਤਾ ਤੇ ਆਪਣੇ ਜਿੰਨੇ ਮੇਰੇ ਦੋਸਤ ਨੇ ਜਿੰਨੀਆਂ ਕੰਪਨੀਆਂ ਮੇਨਾਂ ਜੁੜਦੀਆਂ ਰਹੀਆਂ ਉਹ ਹੀ ਜੋੜਦਾ ਉਹ ਪ੍ਰਮਾਤਮਾ ਹੀ ਜੋੜਦਾ ਗਿਆ ਤਾਂ ਅੱਗੇ ਕੀ ਬੰਦਾ ਤੁਰਿਆ ਰਵੇ ਇਹਦਾ ਕਾਰਮਾ ਤੁਰਿਆ ਰਵੇ ਔਰ ਸਭ ਤੋਂ ਵੱਡਾ ਸਹਿਯੋਗ ਮੇਰੇ ਮਾਤਾ ਜੀ ਦਾ ਕਿ ਜਿਨ੍ਹਾਂ ਦਾ ਇਹਨਾਂ ਲੰਮਾ ਸਮਾਂ ਮੇਰੇ ਨਾਲ ਜੁੜੇ ਨੇ ਔਰ ਮੇਰੇ ਆਰਥਿਕ ਕਰਦਾ ਲਾ ਲਓ ਜਾਂ ਮੈਨੂੰ ਉਹ ਕਿ ਰੋਟੀ ਖਾਧੀ ਆ ਕਿ ਨਹੀਂ ਕਲੀ ਮਾਂ ਪੁੱਛਦੀ ਕਿਨੇ ਡਾਲਰ ਕਮਾਉਂਦਾ ਮੇਰਾ ਦੋਸਤ ਹੈ ਰਣਜੀਤ ਬਾਵਾ ਉਹਦੇ ਗਾਣੇ ਦੀ ਗੱਲ ਕਿ ਉਹ ਮਾਂ ਜਿਹੜੀ ਹੈ ਜਦੋਂ ਘਰੋਂ ਪੁੱਤ ਜਾਂਦਾ ਉਹਨੂੰ ਕੁਛ ਨਾ ਕੁਛ ਦੇ ਕੇ ਭੇਜਦੀ ਉਹਨਾਂ ਦਾ ਇਹਦੇ ਵਿੱਚ ਬਹੁਤ ਵੱਡਾ ਸੇ ਜੋਗ ਮੇਰੀ ਮਾਤਾ ਜੀ ਦਾ ਕਹਿੰਦਾ ਵੀ ਪਿਤਾ ਜੀ ਉਸ ਵੇਲੇ ਛੱਡ ਗਏ ਸਨ ਜਦੋਂ ਤੁਸੀਂ ਛੋਟੇ ਸੀ ਹਾਂਜੀ ਹਾਂਜੀ ਬਹੁਤ ਚੰਗਾ ਤੇ ਅੱਜ ਤੱਕ ਜਿੰਨੇ ਇੱਕ ਗੀਤ ਤੁਸੀਂ ਗਾਏ ਨੇ ਕੁਝ ਕੰਪਨੀਆਂ ਨੇ ਪੈਸੇ ਲਾਏ ਨੇ ਕੁਝ ਯਾਰਾਂ ਦੋਸਤਾਂ ਨੇ ਲਾਏ ਨੇ ਹਾਂਜੀ ਹਾਂਜੀ ਤੇ ਘਰ ਤੁਹਾਡਾ ਤੁਹਾਡੇ ਮਾਤਾ ਜੀ ਦੀ ਪੈਨਸ਼ਨ ਨਾਲ ਚੱਲਦਾ ਚੱਲਦਾ ਘਰ ਉੱ ਕਿਉਂਕਿ ਮਾਰੇ ਆਮ ਜਿਹੜਾ ਨਾਰਮਲ ਕਲਾਕਾਰ ਉਹਦੇ ਲਈ ਘਰ ਬਣਾਉਣੇ ਬਹੁਤ ਔਖਾ ਗੱਡੀਆਂ ਲੈਣੀਆਂ ਚੀਜ਼ਾਂ ਇਹ ਮੈਂ ਸਮਝਦਾ ਸੁਪਨੇ ਸਮਝ ਸਕਦਾ ਹਾਂ ਉਹਦੇ ਲਈ ਪਰ ਇਹ ਕਿ ਮੈਂ ਫਿਰ ਵਾਹਿਗੁਰੂ ਦਾ ਸ਼ੁਕਰ ਕਰਦਾ ਕਿ ਕਹਿੰਦੇ ਉਹਨਾਂ ਦੀ ਸਭ ਤੋਂ ਵੱਡੀ ਤੰਦਰੁਸਤੀ ਹੈ ਤੇ ਗਲੇ 'ਚ ਵੀ ਮੇਰੇ ਪ੍ਰੋਬਲਮ ਆਈ ਸੀ ਇਹ ਮੈਂ ਜਾਂ ਮਾਲਕ ਜਾਣਦਾ ਮੇਰੇ ਦਾਤਾ ਜੀ ਜਾਣਦੇ ਜਿੱਥੋਂ ਮੈਂ ਠੀਕ ਹੋਇਆ ਤੇ ਬੜੀਆਂ ਗੱਲਾਂ ਨੇ ਪਰ ਇਹ ਕਿ ਉਹਦਾ ਸ਼ੁਕਰ ਹੈ ਚੱਲੀ ਜਾ ਰਿਹਾ ਜਿੱਦਾਂ ਵੀ ਉਹਨੂੰ ਭਾਵੇ ਉਸਮਾਲਕ ਮੰਗਲ ਜੀ ਕਿਹਦੇ ਕਿਹਦੇ ਨਾਲ ਤੁਸੀਂ ਬੈਕ ਵੋਕਲ ਤੇ ਕਾਇਆ ਕਿਹੜੇ ਕਿਹੜੇ ਵੱਡੇ ਫਨਕਾਰ ਨੇ ਕਿਹੜੇ ਵੱਡੇ ਕਲਾਕਾਰ ਨੇ ਜਿਨ੍ਹਾਂ ਦੇ ਨਾਲ ਤੁਹਾਡਾ ਸਾਥ ਰਿਹਾ ਮੈਂ ਚਾਹੁੰਦਾ ਉਹ ਵੀ ਜ਼ਿਕਰ ਕਰੋ ਹਾਂਜੀ ਹਾਂਜੀ ਸੋ ਇਹ ਬੜਾ ਲੰਮਾ ਘਰਵਾ ਹੈ ਤੇ ਅੱਜ ਵੀ ਉਹ ਮੇਰੇ ਨਾਲ ਨੇ ਮੇਰੇ ਨਾਲ ਬੜਾ ਪਿਆਰ ਕਰਦੇ ਨੇ ਮੇਰੇ ਸਾਰੇ ਦੋਸਤਾਂ ਵਾਂਗੂ ਨੇ ਮੈਂ ਇਹ ਨਹੀਂ ਸਕਦਾ ਕਿ ਮੇਰੇ ਉਸਤਾਦ ਨੇ ਜਾਂ ਮੇਰੇ ਤੋਂ ਵੱਡੇ ਨੇ ਮੈਂ ਬੜਾ ਲੰਮਾ ਸਮਾਂ ਮੇਰਾ ਵੱਡਾ ਵੀਰ ਹੈ ਚੱਕੋਗੀ ਤੋਂ ਤੇਜੀ ਸੰਧੂ ਉਹ ਹੀ ਮੈਨੂੰ ਇਸ ਲਾਈਨ ਦੇ ਵਿੱਚ ਲੈ ਕੇ ਆਇਆ ਉਸ ਵਾਰ ਸਾਡੇ ਪਿੰਡ ਤੋਂ ਮਦਨ ਮੱਦੀ ਬਾਜੀ ਨੇ ਤੇ ਜਸਬੀਰ ਜੱਸੀ ਜੀ ਤੇ ਸਭ ਤੋਂ ਲੰਮਾ ਸਮਾਂ ਮੈਂ 14-15 ਸਾਲ ਅਮਰਿੰਦਰ ਗਿੱਲ ਜੀ ਹੋਣਾ ਨੇ ਉਹਨਾਂ ਦੇ ਨਾਲ ਬੈਕ ਵੋਕਲ ਕੀਤੀ ਐ ਸੁਰਿੰਦਰ ਜੀ ਮਕਸੂਦਪੁਰੀ ਪਰ ਅਮਰਿੰਦਰ ਗਿੱਲ ਜੀ ਨਾ ਕਹਿ ਸਕਦਾ ਤੇ ਸਾਡਾ ਦੋਸਤ ਕਪਿਲ ਸ਼ਰਮਾ ਅਸੀਂ ਇਕੱਠੇ ਰਹੇ ਹਾਂ ਜਸਵੰਤ ਚਾਚਾ ਰੌਣਕੀ ਆਰਾਮ ਜੀ ਗੁਰਵੀ ਖੁੱਗੀ ਬਾਦੀ ਹੋਣੀ ਤੇ ਮੇਰੇ ਬੜਾ ਲੰਮਾ ਕਾਰਵਾ ਸਾਰੀ ਆਰਟਿਸਟ ਮੈਨੂੰ ਪਿਆਰ ਕਰਦੇ ਨੇ ਅੱਜ ਵੀ ਉਹਨਾਂ ਨਾਲ ਮੇਰੀ ਗੱਲ ਚੱਲਦੀ ਰਹਿੰਦੀ ਐ ਖਰੇ ਉਹਨਾਂ ਦੇ ਸਹਿਯੋਗ ਸਹਿਯੋਗ ਹੈ ਉਹਨਾਂ ਦੇ ਸਹਿਯੋਗੀ ਬੜਾ ਕਿਉਂ ਮੈਨੂੰ ਸਪੋਰਟ ਕਰਦੇ ਨੇ ਮੇਰੇ ਗਾਣੇ ਨੂੰ ਹਰ ਵੀ ਸੰਗਾ ਮੇਰੇ ਦੋਸਤ ਉਹ ਵੀ ਸ਼ੇਅਰ ਕਰਦਾ ਮੇਰੇ ਗਾਣੇ ਸਾਰੇ ਕਰਦੇ ਨੇ ਤੇ ਗੱਲ ਇਹ ਕਿ ਪਰ ਮੈਂ ਮੈਨੂੰ ਸ਼ਿਕਵਾ ਹੈ ਇਸ ਚੀਜ਼ ਦਾ ਕਿ ਇੰਨੇ ਗਾਣੇ ਆਉਣ ਦੇ ਬਾਵਜੂਦ ਜੈ ਇੰਨੇ ਲੰਮੇ ਸਮੇਂ ਤੋਂ ਮਤਲਬ ਉਹ ਮੁਕਾਮ ਉਹ ਚੀਜ਼ਾਂ ਅਜੇ ਤੱਕ ਨਹੀਂ ਉਹ ਹਾਸਲ ਹੋਈਆਂ ਇਹ ਮੇਰੇ ਮਨ 'ਚ ਹੈ ਜੇ ਮੇਰੀ ਮਾਂ ਦੇ ਮੇਰੇ ਨਹੀਂ ਮੇਰੀ ਮਾਂ ਦੇ ਮਨ ਦੇ ਵਿੱਚ ਹੈ ਜਾਂ ਮੇਰੇ ਘਰਦਿਆਂ ਦੇ ਵਿੱਚ ਹੈ ਇਹ ਰੋਸ ਹੈਗਾ ਥੋੜਾ ਜਿਹਾ ਕਿ ਇੰਨੇ ਸਮੇਂ ਤੋਂ ਹਰ ਪ੍ਰਕਾਰ ਦੇ ਗਾਣੇ ਗਾਏ ਨੇ 쇼 ਵੀ ਕਰਦਾ ਆ ਰਿਆਂ ਪਰ ਉਹ ਉਹ 쇼 ਕੀ ਹੈ 쇼 ਮੇਰੇ ਦੋਸਤਾਂ ਮਿੱਤਰਾਂ ਦੇ ਜਿਹੜੇ ਮੈਨੂੰ ਬੁਲਾਉਂਦੇ ਨੇ ਸੱਦਦੇ ਨੇ ਉਹਨਾਂ ਨੂੰ ਪਤਾ ਬਾਕੀ ਜਿਹੜੇ ਆਵਾਮ ਦੇ ਕੋਲ 쇼 ਉਹ ਹੈ ਨਹੀਂ ਉਹ ਬਿਲਕੁਲ ਨਹੀਂ ਹੈਗਾ ਜੀ ਮੰਗਲ ਸਿੰਘ ਜੀ ਮੈਂ ਤਾਂ ਪਹਿਲਾਂ ਨਾ ਬਾਕੀ ਗੱਲਾਂ ਕਰਾਂਗੇ ਆਪਾਂ ਬਾਅਦ ਚੋਂ ਪਹਿਲਾਂ ਤੁਹਾਡਾ ਕੋਈ ਗੀਤ ਹੋ ਜਾਵੇ ਜਿਹੜਾ ਤੁਹਾਡਾ ਆਪ ਦਾ ਮਨ ਪਸੰਦੀਦਾ ਗੀਤ ਹੈ ਜਿਹੜਾ ਤੁਹਾਨੂੰ ਲੱਗਦਾ ਵੀ ਆ ਬਹੁਤ ਵਧੀਆ ਗੀਤ ਹੈ ਵੈਸੇ ਤਾਂ ਸਾਰੇ ਹੀ ਵਧੀਆ ਨੇ ਸਾਰੇ ਪਰ ਇੱਕ ਹੁੰਦਾ ਜਿਹੜਾ ਆਪਣੇ ਦਿਲ ਨੂੰ ਚੰਗਾ ਲੱਗਦਾ ਹਾਂਜੀ ਐ ਇਹ ਗੀਤ ਹੁਣ ਗੀਤ ਵੈ ਸਾਰੇ ਵਧੀਆ ਨੇ ਕਬੱਡੀ ਜੱਬ ਮੁਕਿਆ ਪ੍ਰਧਾਨ ਕੀ ਸਾਰੇ ਜਿੰਨੇ ਵੀ ਮੇਰੇ ਗਾਣੇ ਆਏ ਸਾਰੀਆਂ ਕੰਪਨੀਆਂ ਦਾ ਮੈਂ ਧੰਨਵਾਦ ਕਰਦਾ ਜਿਹੜੇ ਮੇਰੇ ਨਾਲ ਅੱਜ ਵੀ ਖੜੇ ਨੇ ਮੇਰੇ ਗਾਣੇ ਕਰਦੇ ਆਉਂਦੇ ਨੇ ਸੋ ਮੈਂ ਨਵੇਂ ਗੀਤੋ ਜਿਹੜਾ ਹੁਣ ਮੈਨੂੰ ਮੇਰਾ ਰਿਲੀਜ਼ ਹੋ ਰਿਹਾ ਹੈ ਨਹੀਂ ਕਿ ਮੈਂ ਪ੍ਰੋਮੋਸ਼ਨ ਕਰ ਰਿਹਾ ਹਾਂ ਉਹਦੀ ਉਹ ਗੀਤ ਮੇਰੇ ਮਨ ਨੂੰ ਬਹੁਤ ਲੱਗਾ ਕਿਉਂਕਿ ਉਹ ਅੱਜ ਅੱਜ ਕੱਲ ਦੀ ਇਹ ਆਪਾਂ ਕਹਿ ਸਕਦੇ ਇਸ ਕ੍ਰਿਤੀਆਂ ਸਮਾਜਿਕ ਕ੍ਰਿਤੀਆਂ ਤੇ ਜੋ ਜੋ ਗਾਣਾ ਉਹ ਮੈਂ ਤੁਹਾਨੂੰ ਸੁਣਾਵਾਂ ਮੈਂ ਓ ਕੰਬਲਾ ਕੇ ਕਿਤੇ ਪਿਆਰ ਉਡ ਗਏ ਹੰਝੂਆਂ ਵਿੱਚ ਕਰਵਾਰ ਰੁੜ ਗਏ ਕੰਬਲਾ ਕੇ ਕਿਤੇ ਪਿਆਰ ਉਡ ਗਏ ਹੰਝੂਆਂ ਵਿੱਚ ਕਰਵਾਰ ਰੁੜ ਗਏ ਹਉ ਬੁਹੇ ਰਹਿnde ਬੰਦ ਕਰਾਂਦੇ ਬੁਹੇ ਰਹਿnde ਬੰਦ ਕਰਾਂਦੇ ਹੋ ਗਈਆਂ ਫਵੇਲੀਆਂ ਸੁਨੀਆਂ ਰੱਬਾ ਵੇ ਓ ਕਿੱਦਾਂ ਦੀ ਹੋ ਗਈ ਦੁਨੀਆ ਔਰ ਰੱਬਾ ਵੇ ਰੱਬਾ ਵੇ ਓ ਕਿੱਦਾਂ ਦੀ ਹੋ ਗਈ ਦੁਨੀਆ ਔਰ ਰੱਬਾ ਵੇ ਰੱਬਾ ਵੇ ਹੋ ਵਾ ਮੰਗਲ ਜੀ ਇਹਦੇ ਚ ਤੱਕ ਕੋਈ ਕਮੀ ਨਹੀਂ ਬਹੁਤ ਸੋਹਣਾ ਗੀਤ ਤੁਸੀਂ ਵੈਸੇ ਵੀ ਤੁਹਾਡੇ ਸਾਰੇ ਗੀਤ ਵਧੀਆ ਨੇ ਪਰ ਆ ਵੀ ਗੀਤ ਇੱਕ ਚੰਗੀ ਇੱਕ ਚੰਗਾ ਸੁਨੇਹਾ ਔਰ ਮੈਸੇਜ ਹੈ ਜੀ ਇਹ ਸੁਨੇਹਾ ਆ ਕੇ ਸਾਨੂੰ ਆਪਣੇ ਪਰਿਵਾਰਾਂ ਨੂੰ ਆਪਣੀਆਂ ਸਾਂਝਾਂ ਨੂੰ ਕਦਰਾਂ ਕੀਮਤਾਂ ਨੂੰ ਪਰਿਵਾਰ ਸਾਰੇ ਇਕੱਠੇ ਰਹਿਣੇ ਚਾਹੀਦੇ ਇਹਦੇ ਵਿੱਚ ਇਹ ਮੈਸੇਜ ਹੈ ਤੁਸੀਂ ਜੋ ਸੁਣੋਗੇ ਸਾਰੇ ਤੇ ਤੁਹਾਨੂੰ ਪਤਾ ਲੱਗ ਜਾਵੇ ਕਿੰਨਾ ਕੁ ਗਿਲਾ ਕਿੰਨੇ ਇੱਕ ਮਨਚ ਵਿਚਾਰ ਆਏ ਕਿ 24 ਸਾਲ ਗਾਇਕੀ ਕਰ ਲਈ ਹਾਂਜੀ ਪਰ ਕੁਝ ਖੱਟਿਆ ਨਹੀਂ ਸਵਾਈ ਯਾਰੀ ਦੋਸਤੀ ਚੋਂ ਭਾਈਚਾਰੇ ਚੋਂ ਹਾਂ ਜੋ ਜਿਤਨਾ ਘਰ ਚੱਲਣਾ ਸੀ ਜਿਤਨਾ ਰੋਜ਼ੀ ਰੋਟੀ ਚੱਲਣੀ ਸੀ ਉਹ ਬਹੁਤ ਘਟਿਆ ਘਟਿਆ ਕਦੀ ਮਨ ਚ ਆਇਆ ਸੀ ਵੀ ਗਾਇਕੀ ਛੱਡ ਕੇ ਕਿਤੇ ਹੋਰ ਲੰਘ ਜਾ ਕਿ ਗਾਇਕੀ ਮੈਂ ਪਹਿਲਾਂ ਵੀ ਗੱਲ ਕਰ ਚੁੱਕਾ ਕਿ ਗਾਇਕੀ ਛੱਡਣ ਦਾ ਬਹੁਤ ਵਾਰ ਸਵਾਲ ਆਇਆ ਇਹ ਇਹ ਦੇਖੋ ਜੀ ਇਹ ਚੀਜ਼ ਇਦਾਂ ਦੀ ਹੈ ਇੱਕ ਹੁਣ ਤੁਸੀਂ ਵੀ ਇੱਕ ਕਲਾਕਾਰ ਹੋ ਇੱਕ ਐਕਟਰ ਹੋ ਆਰਟੋ ਤੁਸੀਂ ਮਤਲਬ ਹੋਸਟ ਕਰਦੇ ਹੋ ਤੁਸੀਂ ਕਾਫੀ ਟਾਈਮ ਤੋਂ ਮੈਨੂੰ ਜਾਣਦੇ ਹੋ ਕਿੰਨੇ ਟਾਈਮ ਤੋਂ ਹਾਂ ਕਿਉਂਕਿ ਜਦੋਂ ਬੰਦਾ ਇਹ ਐ ਐਕਚੁਅਲੀ ਮੇਰੇ ਫਾਦਰ ਸਾਹਿਬ ਨੂੰ ਇਹ ਸ਼ੌਕ ਸੀਗਾ ਔਰ ਮੰਮਾ ਨੇ ਮੈਨੂੰ ਮਨਾ ਨ ਕੀਤਾ ਕੀ ਪਤਾ ਉਹ ਮੈਨੂੰ ਪਹਿਲਾਂ ਮਨਾ ਕਰ ਦਿੰਦੇ ਹੁਣ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਲੱਗਦਾ ਕਿ ਇਹ ਦਾ ਯਾਰ ਦਿਲ ਟੁੱਟ ਜਾਣਾ ਜੇ ਮੈਂ ਇਹਨੂੰ ਪੱਕਾ ਕਹਿੰਦੀ ਤੁਸੀਂ ਬੰਦ ਕਰਦੇ ਹੋ ਇਹ ਕੰਮ ਨਹੀਂ ਇਹ ਸਕਸੈਸ ਨਹੀਂ ਤੁਹਾਨੂੰ ਮਿਲ ਰਹੀ ਤੁਸੀਂ ਗਾਣੇ ਕਰੀ ਜਾ ਰਹੇ ਤੁਹਾਡੀ سپورਟ ਗਿਲਾ ਇਹ ਹੈ ਕਿ ਐਨੇ ਗਾਣੇ ਕਰਨ ਦੇ ਬਾਵਜੂਦ ਇੰਨਾ ਲੰਮਾ ਸਮਾਂ ਹੋ ਗਿਆ ਤੇ ਸਕਸੈਸ ਨਹੀਂ ਮਿਲ ਰਹੀ ਹੁਣ ਜੋ ਜੋ ਮੇਰੇ ਕੋਲ ਵੀ ਸਿਗਾ ਜਾਂ ਮੇਰੇ ਘਰ ਦੇ ਕੋ ਮੈਂ ਲਾ ਚੁੱਕਿਆ ਲਾਈ ਜਾ ਰਿਹਾ ਤੇ ਦੋਸਤ ਮਿੱਤ ਜਿਹੜੇ ਮੇਰੇ ਹੈਲਪ ਕਰ ਰਹੇ ਨੇ ਅੱਜ ਵੀ ਉਹ ਮੇਰੇ ਨਾਲ ਖੜੇ ਨੇ ਉਹ ਨਾ ਕਰਦੇ ਤਾਂ ਮੈਨੂੰ ਲੱਗਦਾ ਮੈਂ ਬਹੁਤ ਟਾਈਮ ਦਾ ਛੱਡ ਛੱਡ ਦੇਣੀ ਸੀ ਗਾਇਕੀ ਇਹ ਛੱਡ ਸਕਦਾ ਸੀਗਾ ਤੇ ਗੱਲਾਂ ਹੁਣ ਬਹੁਤ ਨੇ ਪਰ ਉਹ ਮਨ ਚ ਹੀ ਨੇ ਕਦੀ ਐਂ ਲੱਗਿਆ ਕਿ ਮੰਗਲ ਸੰਧੂ ਨੇ 24 ਸਾਲ ਖਰਾਬੀ ਕਰ ਲੇ ਲੱਗਦਾ ਮੈਨੂੰ ਲੱਗਦਾ ਇਹ 24 ਸਾਲ ਦੇ ਵਿੱਚ 24 ਸਾਲ ਪਹਿਲਾਂ ਮੈਂ ਕਿਤੇ ਦੁਬਈ ਗਿਆ ਹੁੰਦਾ ਤੇ ਅੱਜ ਨੂੰ ਮੈਂ ਵੱਡੇ ਮੁਲਕ ਦੀ ਗੱਲ ਨਹੀਂ ਕਰਦਾ ਇੱਕ ਦੁਬਈ ਗਿਆ ਹਾਂ ਜਾਂ ਹੋਰ ਕੰਮ ਦੇ ਵਿੱਚ ਪਿਆ ਹਾਂ ਕਿਤੇ ਦਾ ਕਿਤੇ ਬੰਦਾ ਪਹੁੰਚ ਜਾਂਦਾ ਪਰ ਇਹਦੇ ਵਿੱਚ ਹੁਣ 24 ਸਾਲ ਥੋੜੇ ਨਹੀਂ ਹੁੰਦੇ ਬੜਾ ਲੰਮਾ ਸਮਾਂ ਹੁੰਦਾ ਪਹਿਲਾਂ ਮੈਂ ਕੋਰਸ ਕੀਤਾ 2000 ਕੋਰਸ ਤੇ ਮੈਂ ਸ਼ੁਰੂ ਤੋਂ ਕਰਦਾ ਆ ਰਿਹਾ 15 ਅਮਰਿੰਦਰ ਭਾਈ ਹੁਣੀ ਬਾਹਰ ਚਲੇ ਗਏ ਕਿੰਨੇ ਕੁ ਪੈਸੇ ਮਿਲਦੇ ਹੁੰਦੇ ਸੀ ਕੋਰਸ ਦਾ ਤੁਹਾਨੂੰ ਪਤਾ ਹੀ ਹੈ ਜੋ ਆਰਟਿਸਟਾਂ ਨੂੰ ਮਿਲਦਾ ਫਿਰ ਵੀ ਉਹਦੇ 500 ਮਿਲ ਗਿਆ 800 ਮਿਲ ਗਿਆ 1000 ਮਿਲ ਗਿਆ ਇਸ ਤੋਂ ਜ਼ਿਆਦਾ ਤਾਂ ਨਹੀਂ ਮੇਬੀ ਇੰਨਾ ਕਿ ਮੇਰੇ ਖਿਆਲੋਂ ਬੈਕਵੋਕਲ ਵਾਲਿਆਂ ਨੂੰ ਮਿਲਦਾ ਤੇ ਇੱਕ ਉਹਨਾਂ ਦੇ ਵਿੱਚ ਜਨੂਨ ਹੁੰਦਾ ਇੱਕ ਸਿੰਘ ਇਹ ਕਿਹੜਾ ਬੈਕਵੋਕਲ ਕਰਦਾ ਉਹ ਬੰਦੇ ਉਹਦੇ ਅੰਦਰ ਜਨੂਨ ਹੁੰਦਾ ਜਦੋਂ ਆਰਟਿਸਟ ਨਾਲ ਪਲੇ ਕਰਦਾ ਨਾ ਭਾਵੇਂ ਮੈਂ ਹੁਣ ਜੱਸੀ ਭਾਈ ਨਾ ਕਰ ਰਿਆਂ ਸਿੰਘਾਂ ਜਾਂ ਵਰਿੰਦਰ ਗਿੱਲ ਜੀ ਨਾ ਕਰਦਾ ਜਾਂ ਮੈਂ ਤੇਜੀ ਨਾ ਜਾਂ ਹੋਰ ਕਾਫੀ ਆਰਟਿਸਟ ਨੇ ਤੇ ਇੱਕ ਜਨੂਨ ਹੁੰਦਾ ਕਿ ਯਾਰ ਮਤਲਬ ਇਹ ਚੀਜ਼ ਨੂੰ ਮੈਂ ਪਾਉਣਾ ਹੈ ਉਹ ਚੀਜ਼ ਨੂੰ ਪਾਉਣ ਦੇ ਲਈ ਉਹ ਸਟੇਜ 'ਤੇ ਪਾਉਣ ਲਈ ਜਿਹੜਾ ਕਲਾਕਾਰ ਉਸ ਸੰਘਰਸ਼ ਕਰਦਾ ਸੀ ਟਰਗਲ ਕਰਦਾ ਪਰ ਕਈਆਂ ਨੂੰ ਮਿਲ ਜਾਂਦੀ ਜਲਦੀ ਮਿਲ ਜਾਂਦੀ ਹੈ ਕਈਆਂ ਨੂੰ ਨਹੀਂ ਮਿਲਦੀ ਤੇ ਉਹ ਫਿਰ ਉਦੋਂ ਇਹ ਚੀਜ਼ਾਂ ਵੀ ਹੁੰਦੀਆਂ ਜਦੋਂ ਨਹੀਂ ਮਿਲਦੀ ਨਾ ਉਹ ਪਰ ਇੱਕ ਕਲਾਕਾਰ ਲੱਗਾ ਰਹਿੰਦਾ ਉਹ ਚੱਲਦਾ ਰਹਿੰਦਾ ਇੱਕ ਕਹਾਵਤ ਬਜ਼ੁਰਗਾਂ ਤੋਂ ਸੁਣੀ ਹੁੰਦੀ ਕਦੀ ਕਦੀ ਸੁਣਦੇ ਰਹੇ ਆ ਕਹਿੰਦੇ 12 ਸਾਲਾਂ ਬਾਅਦ ਤੇ ਰੂੜੀ ਦੀ ਵੀ ਸੁਣੀ ਜਾਂਦੀ ਤੁਹਾਨੂੰ 24 ਸਾਲ ਹੋ ਗਏ 24 12 12 24 ਮੈਂ ਕਹਿੰਦਾ ਕਿ ਰੂੜੀ ਚੱਕੀਗੀ ਸਾਡੇ ਵਾਰੀ ਚਲੋ ਉਹਦੀ ਮौज ਹੈ ਮਾਲਕ ਦੀ ਕਿਸੇ ਯਾਰ ਦੋਸਤ ਨਾਲ ਕਿਸੇ ਸਾਥੀ ਕਲਾਕਾਰ ਨਾਲ ਗਿਲਾ ਸ਼ਿਕਵਾ ਵੀ ਉਹ ਮੇਰੀ ਮਦਦ ਕਰ ਸਕਦਾ ਸੀ ਕੀਤੀ ਨਹੀਂ ਜਾਂ ਉਹਦੇ ਕਰਿਆਂ ਮੇਰਾ ਇਹ ਗੀਤ ਚੱਲ ਸਕਦਾ ਸੀ ਜਾਂ ਉਹਦੀ ਮਦਦ ਨਾਲ ਮੇਰੀ ਆ ਚੀਜ਼ ਹੋ ਸਕਦੀ ਸੀ ਹੈ ਕੋਈ ਇਦਾਂ ਦਾ ਮਦਦ ਐਕਚੁਅਲ ਤੁਹਾਨੂੰ ਪਤਾ ਹੈ ਜੀ ਇਹ ਜਿਹੜੀ ਇੰਡਸਟਰੀ ਹੈ ਲਾਈਨ ਹੈ ਇਹਦੇ ਵਿੱਚ ਮਦਦ ਦਾ ਇਹ ਹੈ ਕਿ ਤੁਸੀਂ ਸਮਰਪੰਤ ਹੁੰਦੇ ਹੋ ਬੰਦੇ ਨਾਲ ਕਿਉਂਕਿ ਮੇਰਾ ਉਹਨਾਂ ਜੇ ਕੋਰਸ ਦਾ ਵੇਰ ਹੈ ਅਗਲੇ ਨੇ ਕੋਰਸ ਕਰਵਾਇਆ ਆਪਣੀ ਪੇਮੈਂਟ ਦਿੱਤੀ ਕੰਮ ਖਤਮ ਹਨ ਕੋਈ ਕੋਈ ਹੈ ਇਹਦੇ ਵਿੱਚ ਕੋਈ ਕੋਈ ਬੰਦਾ ਹੁੰਦਾ ਜਿਹੜਾ ਕਲਾਕਾਰ ਦੀ ਬਾਹ ਫੜਦਾ ਪਰ ਸਮਾਂ ਵੀ ਰਿਹਾ ਕਿ ਜਿਹੜੇ ਬੰਦੇ ਮੇਰੇ ਨਾਲ ਜੁੜੇ ਉਦੋਂ ਉਹਨਾਂ ਨੂੰ ਉਹਨਾਂ ਦੇ ਦਿਲ ਚ ਆਇਆ ਕਿ ਅਸੀਂ ਮੰਗਲ ਦੀ ਹੈਲਪ ਉਹ ਆਪ ਵੀ ਥੋੜਾ ਜਿਹਾ ਘੱਟ ਸਕਸੈਸ ਹੋ ਸਕੇ ਉਸ ਟਾਈਮ ਹੁਣ ਤੇਜੀ ਸੰਧੂ ਦੀ ਮੈਂ ਗੱਲ ਕਰਦਾ ਉਹ ਜਦੋਂ ਸ਼ੁਰੂ ਹੋਏ ਸੀ ਇਕੱਠੇ ਹੂੰ ਉਹ ਇਹ ਗੱਲ ਮੈਨੂੰ ਕਹਿੰਦਾ ਰਿਹਾ ਕਿ ਮੈਂ ਤੇਰੇ ਬਾਰੇ ਸੋਚੂੰਗਾ ਮੈਂ ਕਰੂੰਗਾ ਇਦਾਂ ਚਲੋ ਵਧੀਆ ਹੈ ਉਸ ਟਾਈਮ ਕੈਨੇਡਾ ਆਪਣੀ ਫੈਮਿਲੀ ਰਹਿੰਦਾ ਪਿਆ ਉਹਨਾਂ ਨੇ ਮੇਰੇ ਲਈ ਕਾਫੀ ਕੁਝ ਕੀਤਾ ਅਸੀਂ ਇਕੱਠੇ ਰਹੇ ਅਸੀਂ ਬਹੁਤ ਮਤਲਬ ਪਿਆਰ ਸੀਗਾ ਪਰ ਉਹ ਉਦੋਂ ਸਮਾਂ ਉਹਦਾ ਵੀ ਉਹ ਨਹੀਂ ਉਹ ਨਾ ਆਇਆ ਨਹੀਂ ਅੱਗੇ ਨਹੀਂ ਆਇਆ ਨਾ ਕਹਿ ਸਕਦੇ ਨਾਮ ਤੇ ਬਥੇਰਾ ਉਹਨਾਂ ਨੇ ਵੀ ਸ਼ੋਅ ਬੜੇ ਕੀਤੇ ਪਰ ਜੋ ਕੀ ਪਤਾ ਉਹਨਾਂ ਨੂੰ ਸਕਸੈਸ ਮਿਲ ਜਾਂਦੀ ਕਿਉਂਕਿ ਮੈਂ ਉਹਨਾਂ ਦੇ ਜ਼ਰੀਏ ਗਾਇਕੀ ਜਾਈ ਹਾਂ ਬਾਕੀ ਨਾ ਤਾਂ ਮੈਂ ਬੈਕ ਵੋਕਲ ਕਰਦਾ ਰਿਹਾ ਬਾਕੀਆਂ ਨੂੰ ਹੋਵੇ ਅੱਜ ਵੀ ਉਹਨਾਂ ਨੂੰ ਹੋਵੇ ਅੱਜ ਮੈਨੂੰ ਮਿਲਦੇ ਨੇ ਅੱਜ ਗਾਣੇ ਆ ਰਹੇ ਨੇ ਉਹਨਾਂ ਦੀ ਮਾਲਕ ਦੀ ਕਿਰਪਾ ਨਾਲ ਅੱਜ ਵੀ ਕਹੀ ਸਕਦੇ ਕਿ ਯਾਰ ਅਸੀਂ ਮੰਗਲ ਨੂੰ ਸਾਡੇ ਨਾਲ ਬੰਦਾ ਰਿਹਾ ਅਸੀਂ ਇਹਨੂੰ ਅਪਰੀਸ਼ੀਏਟ ਕਰੀਏ ਤੇ ਗਾਣੇ ਕਰੀਏ ਹੂੰ ਤੇ ਪਰ ਉਹ ਤੇ ਹੁਣ ਮਤਲਬ ਉਹਨਾਂ ਦੀ ਜਾਨ ਉਹਦੀ ਨਿਗਾਹ ਚ ਹੈ ਨਹੀਂ ਮੈਂ ਹੂੰ ਹੁਣ ਕਦੀ رابطہ ਨਹੀਂ ਕੀਤਾ ਨਹੀਂ ਹਜੇ رابطہ ਘਟੇ ਗੱਲ ਗੁਲ ਹੁੰਦੀ ਰਹਿੰਦੀ ਬਾਕੀ ਇਹ ਹੈ ਕਿ ਮੈਂ ਜਿਹੜੇ ਮੇਰੇ ਦੋਸਤ ਮਿੱਤਰ ਨੇ ਜਾਂ ਮੇਰਾ ਜਿਨ੍ਹਾਂ ਦੇ ਨਾਲ ਹੁਣ ਚੱਲਦਾ ਵੇਟ ਆਈ ਐਪ ਜਿਹੜੇ ਮੇਰੇ ਗਾਣੇ ਕਰ ਰਹੇ ਮੈਂ ਉਹਨਾਂ ਦੇ ਨਾਲ ਹੀ ਹੋਇਆ ਨਹੀਂ ਕਿਉਂਕਿ ਕੋ ਉਹ ਆਪਣੇ ਆਪਣੇ ਕਰਦੀ ਰੋਟੀ ਕਿਹਦੇ ਸਿਰ ਤੋਂ ਚੱਲਦੀ ਕਾਰਾਂ ਦੇ ਸਿਰ ਤੋਂ ਚੱਲਦੀ ਕਿ ਜਾਂ ਮਾਂ ਦੀ ਪੈਨਸ਼ਨ ਕਰਦੀ ਰੋਜੀ ਰੋਟੀ ਥੋੜੀ ਬਹੁਤ ਥੋੜੇ ਬਹੁਤੇ ਪ੍ਰੋਗਰਾਮ ਆ ਜਾਂਦੇ ਨੇ ਐਵੇਂ ਕਹਾਂ ਮੈਂ ਜ਼ਿਆਦਾ ਨਹੀਂ ਥੋੜੇ ਬਹੁਤੇ ਪਤਾ ਹੀ ਹੈ ਜਿਹੜੇ ਆਂਦੇ ਆ ਮੈਂ ਫੇਸਬੁੱਕ ਤੇ ਪਾਉਣਾ ਇੰਸਟਾ ਤੇ ਸਾਰੀ ਬਾਕੀ ਮਮਾ ਦਾ ਸਾਥ ਹੈ ਜੀ ਉਹਨਾਂ ਦੀ ਪੈਨਸ਼ਨ ਹੀ ਗੈਹ ਸਕਦਾ ਮਮਾ ਦੀ ਪੈਨਸ਼ਨ ਦੀ ਕਿਉਂਕਿ ਇੰਨਾ ਲੰਮਾ ਅਕਸਰ ਤੁਹਾਨੂੰ ਪਤਾ ਕਿੰਨਾ ਘਰ ਦਾ ਖਰਚਾ ਆ ਕੁੜਸ ਬੱਚਿਆਂ ਦਾ ਵੀ ਸਾਰਾ A to Z ਜੇ ਉਹਨਾਂ ਦਾ ਨਾ ਸਪੋਰਟ ਹੋਵੇ ਤਾਂ ਮੈਨੂੰ ਲੱਗਦਾ ਮੈਂ ਕੱਲ ਹੀ ਛੱਡ ਦਵਾਂ ਮੈਂ ਤਾਂ ਕਲੀ ਕਹਿ ਕੇ ਛੱਡ ਸਕਦਾ ਬੱਚਿਆਂ ਦੀਆਂ ਫੀਸਾਂ ਦੇਣੀਆਂ ਘਰ ਦਾ ਖਰਚ ਦੇਣਾ ਸਾਰਾ ਏ ਟੂ ਜ਼ੈਡ ਉਹਨਾਂ ਦਾ ਪੂਰਾ ਸਹਿਯੋਗ ਆ ਉਹਨਾਂ ਦਾ ਨਾ ਹੋਵੇ ਮੈਂ ਤਾਂ ਛੱਡ ਸਕਦਾ ਮਾਂ ਦੀ ਪੈਨਸ਼ਨ ਉਹ ਅਜੇ ਤੱਕ ਵੀ ਅਜੇ ਤੱਕ ਵੀ ਉਹ 72 ਇਅਰ ਦੇ ਹੋ ਗਏ 30 ਦੇ ਉਹਨਾਂ ਨੇ ਅਜੇ ਤੱਕ ਵੀ ਮੈਨੂੰ ਕਿਹਾ ਨਹੀਂ ਛੱਡ ਦੇ ਪਰ ਇੱਕ ਗੱਲ ਕਰਦੇ ਹੁੰਦੇ ਵੀ ਮੰਗਲ ਜੀ ਤੂੰ ਪਹਿਲਾਂ ਨਾਲ ਹੋਰ ਕੰਮ ਖੋਲ ਲੈਂਦਾ ਜਾਂ ਹੋਰ ਕਿਸੇ ਕੰਮ 'ਚ ਹੋ ਜਾਂਦਾ ਤਾਂ ਸ਼ਾਇਦ ਗੱਲ ਬਣੀ ਹੁੰਦੀ ਕਿਤੇ ਨਾ ਕਿਤੇ ਹੋਰ ਕੁਝ ਨਹੀਂ ਸਿੱਖਿਆ ਹੋਰ ਕੁਝ ਨਹੀਂ ਕੋਈ ਬਿਜ਼ਨਸ ਨਹੀਂ ਕਿਉਂਕਿ ਕੋਈ ਬਿਜ਼ਨਸ ਨਹੀਂ ਸਾਡੀ ਪਹਿਲਾ ਸ਼ਾਪ ਹੁੰਦੀ ਸੀ ਉਸ ਤੋਂ ਬਾਅਦ 2000 ਤੋਂ ਮੈਂ ਇਸ ਫੀਲਡ ਦੇ ਵਿੱਚ ਹੀ ਇਹਦੇ ਜੀ ਜੁਆਇਨ ਕੀਤਾ ਕਿਉਂਕਿ ਫਾਰਖ ਸਾਬ ਨੂੰ ਸ਼ੌਕ ਸੀਗਾ ਪਹਿਲਾਂ ਮੈਂ ਛੱਡਿਆ ਫਿਰ 2000 ਤੋਂ ਲਗਾਤਾਰ ਬੇੜੀ ਅੱਧ ਵਿਚਾਲੇ ਜੇ ਫਸੀ ਹੈ ਅੱਧ ਵਿਚਾਲੇ ਪੂਰੀ ਥੋੜੀ ਨਹੀਂ ਨਾ ਇਧਰਲਾ ਕਿਨਾਰਾ ਤੇ ਨਾ ਹੁੰਦਾ ਨਾ ਇਧਰਲਾ ਕਿਨਾਰਾ ਹੁਣ ਮੈਨੂੰ ਕੋਈ ਸਮਝ ਨਹੀਂ ਆਉਂਦੀ ਕਿ ਮੈਂ ਕੀ ਆਪਣੀ ਲਾਈਫ ਚ ਕਰਾਂ ਨਾ ਪਰ ਇਹ ਆ ਕਿ ਮੈਂ ਹੁਣ ਚੱਲੀ ਜਾ ਰਿਹਾ ਗਾਣੇ ਉਹ ਕਰੀ ਜਾ ਰਹੇ ਨੇ ਬੰਦੇ ਕਰਵਾਈ ਜਾ ਰਹੇ ਨੇ ਮੈਂ ਕਰੀ ਜਾਣਾ ਅਸੀਂ ਦਰਸ਼ਕਾਂ ਨੂੰ ਜ਼ਰੂਰ ਇਹ ਗੱਲ ਕਵਾਂਗੇ ਕਿਉਂਕਿ ਹੁਣ ਮੁਕਾਬਲਾ ਬਹੁਤ ਹੈ ਕੰਪੀਟੀਸ਼ਨ ਦਾ ਜ਼ਮਾਨਾ ਆ ਤੇ ਇਦਾਂ ਦੇ ਬਹੁਤ ਸਾਰੇ ਕਲਾਕਾਰ ਨੇ ਜਿਨ੍ਹਾਂ ਨੇ ਲੰਬਾ ਸਮਾਂ ਗਾਇਕੀ ਚੰਗੀ ਗਾਇਕੀ ਔਰ ਲਾਈਵ ਗਾਉਣਾ ਜਿਹੜਾ ਉਹ ਰਿਆਸ ਦੇ ਨਾਲ ਹੀ ਹੁੰਦਾ ਸੋ ਬੜਾ ਸਮਾਂ ਹੋ ਗਿਆ ਅਜਿਹੀਆਂ ਕਲਾਕਾਰਾਂ ਨੂੰ ਜ਼ਰੂਰ ਸਪੋਰਟ ਜਿਹੜੀ ਹੈ ਨਾ ਉਹ ਜ਼ਰੂਰ ਕਰਿਆ ਕਰੋ ਇਹੋ ਜਿਹਾ ਟੈਲੈਂਟ ਕਿੰਨਾ ਕਿਤੇ ਪਿੱਛੇ ਰਹਿ ਜਾਂਦਾ ਤੇ ਫਿਰ ਪਿੱਛੇ ਹੋ ਕੇ ਫਿਰ ਕੂਹਾਂ ਹੀ ਦੂਰ ਹੋ ਜਾਂਦਾ ਸੋ ਇਹੋ ਜੀ ਨੌਬਤ ਜਿਹੜੀ ਨਾ ਆਵੇ ਐਦਾਂ ਦੇ ਕਲਾਕਾਰਾਂ ਨੂੰ ਵੀ ਕਹਿੰਦੇ ਵੀ ਭਰੇ ਨੂੰ ਭਰਨਾ ਤੇ ਹਰ ਕੋਈ ਭਰਦਾ ਆ ਖਾਲੀ ਨੂੰ ਭਰੀਏ ਤਾਂ ਸਵਾਦ ਆਵੇ ਮੰਗਲ ਜੀ ਮੈਂ ਚਾਹਣਾ ਵੀ ਇੱਕ ਗੀਤ ਹੋ ਜਵੇ ਤੁਹਾਡਾ ਪ੍ਰਧਾਨਗੀ ਗੀਤ ਉਹਦਾ ਅਖੀਰਲਾ ਅੰਤਰਾ ਮੈਂ ਤੁਹਾਡਾ ਉਹ ਗੀਤ ਬਹੁਤ ਮੈਨੂੰ ਖੁਦ ਨੂੰ ਬਹੁਤ ਪਸੰਦ ਆ ਬਹੁਤ ਪਿਆਰੇ ਗੀਤ ਆ ਮੇਰੇ ਪੈਰਾਕੀਟ ਐਂਟਰਟੇਨਮੈਂਟ ਕੰਪਨੀ ਨੇ ਕੀਤੇ ਸੀਗੇ ਜੀ ਸੋ ਉਹਨਾਂ ਦੇ ਇੱਕ ਯੱਗ ਮੁੱਕਿਆ ਗਾਣਾ ਆਇਆ ਸੀਗਾ ਕਿ ਪ੍ਰਧਾਨਗੀ ਪ੍ਰਧਾਨਗੀ ਗਾਣੇ ਨੂੰ ਬਹੁਤ ਪਿਆਰ ਮਿਲਿਆ ਉਹਦਾ ਮੈਂ ਤੁਹਾਨੂੰ ਐਂਡਲਾ ਪਹਿਰਾ ਸੁਣਾ ਲੈਣਾ ਤੁਹਾਨੂੰ ਬਹੁਤ ਪਸੰਦ ਆ ਸਾਰਿਆਂ ਨੂੰ ਉਸ ਤਰੀਲਾਂ ਬਹੁਤ ਪਈਆਂ ਸੀਗੀਆਂ ਤੇ ਮੈਂ ਕਹਿੰਦਾ ਆਸ ਕਰਦਾ ਕਿ ਹੋਰ ਪੈਣ ਹੂੰ ਹੂੰ ਆਹ ਮੇਰੀ ਦੋ ਗਲੇ ਬੰਦੇ ਨਾ ਨਹੀਂ ਉਹ ਮੱਤ ਮਿਲਦੀ ਜਾਰ-ਵਾਰ ਦੇਵਾਂ ਜਿੱਥੇ ਅੜੇ ਸੂਈ ਦਿਲ ਦੀ ਆਹ ਮੇਰੀ ਦੋ ਗਲੇ ਬੰਦੇ ਨਾ ਨਹੀਂ ਉਹ ਮੱਤ ਮਿਲਦੀ ਜਾਨਵਾਰ ਦੇ ਵਾਂ ਜਿੱਥੇ ਅੜੇ ਸੂਈ ਦਿਲ ਦੀ ਆਉ ਪੜਿਆ ਵਿਚਾਰ ਲਵੀ ਬੱਲੀਏ ਜੇ ਮੁੜਕ ਦੇ ਕੀਤੀ ਹੈਰਾ ਫੇਰੀ ਪੰਗੇ ਅੜਬ ਜਹੇ ਦੇ ਨਾਲ ਲੈਂਦੀ ਐ ਮੱਤ ਵੱਜ ਗਈ ਐ ਜੱਟੀਆਂ ਕਿਉ ਤੇਰੀ ਆਉ ਪੰਗੇ ਅੜਬ ਜਹੇ ਦੇ ਨਾਲ ਲੈਂਦੀ ਐ ਮੱਤ ਵੱਜ ਗਈ ਐ ਜੱਟੀਆਂ ਕਿਉ ਤੇਰੀ ਆਵਾਜ਼ ਬਹੁਤ ਹੀ ਖੂਬਸੂਰਤ ਗੀਤ ਇਹ ਤੁਹਾਡੀ ਆਵਾਜ਼ ਤੁਹਾਡਾ ਰਿਆਜ਼ ਤਾਂ ਜੀ ਤੁਸੀਂ ਜਿਸ ਤਰੀਕੇ ਨਾਲ ਗਾਉਂਦੇ ਹੋ ਹਾਂ ਜੀ ਇਹ ਮੇਰੇ ਉਸਤਾਦਾਂ ਦੀ ਦੇਣ ਹੈ ਜੀ ਮੈਂ ਸ਼੍ਰੀ ਰਜਿੰਦਰ ਬਲਹਾਰ ਜੀ ਲੁਧਿਆਣੇ ਤੋਂ ਮੇਰੇ ਉਸਤਾਦ ਨੇ ਢਿਲਮਾ ਦੇ ਕੁਲਦੀਪ ਭਟਕ ਸਾਹਿਬ ਜੀ ਔਰ ਹੋਰ ਬਾਕੀ ਜੱਸੀ ਭਾਈ ਕੋ ਬਹੁਤ ਕੁਝ ਸਿੱਖਣ ਨੂੰ ਮਿਲਿਆ ਸਾਰੇ ਕੋਲ ਜਿਨ੍ਹਾਂ ਨਾਲ ਮੈਂ ਕਿਉਂਕਿ ਜਿਉ ਤੁਸੀਂ ਕੋਰਸ ਕਰਦੇ ਹੋ ਨਾ ਤੁਸੀਂ ਜੇ ਤੇ ਤੁਹਾਡੇ ਮਨ ਦੇ ਅੰਦਰ ਉਹ ਸੰਕਲਪ ਹੈ ਕਿ ਮੈਂ ਕੁਝ ਬੰਨਣਾ ਫੇ ਕੋਰਸ ਤੋਂ ਹੀ ਬੰਦਾ ਸਿੱਖ ਲੈਂਦਾ ਕੋਰਸ ਤੋਂ ਬਾਅਦ ਕੀ ਤੇ ਕੁਝ ਕਿਉਂਕਿ ਉਹ ਹੁਣ ਜਦੋਂ ਗਾਉਂਦੇ ਆ ਗਾਉਂਦੇ ਆ ਵਿੱਚ ਤੁਹਾਨੂੰ ਇੱਕ ਦੋ ਗਾਣੇ ਦਾ ਮੌਕਾ ਵੀ ਮਿਲਦਾ ਜੋ ਅਮਰਿੰਦਰ ਭਾਈ ਨਾਲ ਗਾਉਣਾ ਉਹਨਾਂ ਸਟੇਜ ਸ਼ੁਰੂ ਮੈਂ ਕਰਦਾ ਸੀ ਐਂਡ ਵੀ ਕਰਦਾ ਸੀਗਾ ਜੱਸੀ ਬਾਜੀ ਵਿੱਚ ਗਵਾਉਂਦੇ ਨੇ ਤੇ ਉਹ ਰਿਆਜ਼ ਹੀ ਹੈ ਤੁਹਾਡੇ ਸਿੱਖਣ ਦੀ ਤੁਹਾਡੇ ਅੰਦਰ ਜਜ਼ਬਾ ਚਾਹੀਦਾ ਕਹਿੰਦੇ ਅਮਰਿੰਦਰ ਗਿੱਲ ਪੰਜਾਬੀ ਇੰਡਸਟਰੀ ਦਾ ਪਾਰਸ ਆ ਵਾਹ ਗਿਆ ਜਿਹੜਾ ਉਹਦੇ ਨਾਲ ਲੱਗਦਾ ਉਹ ਤਰ ਜਾਂਦਾ ਤੁਸੀਂ ਕਿਉਂ ਨਹੀਂ ਤਰੇ ਭਈ ਇਹ ਦੋਨੋਂ ਸੱਚੇ ਬਾਦਸ਼ਾਹ ਵਾਹਿਗੁਰੂ ਜਾਣਦਾ ਰਣਜੀਤ ਬਾਵਾ ਵੀ ਸਾਡਾ ਦੋਸਤ ਬਹੁਤ ਪਿਆਰਾ ਦੋਸਤ ਇਕੱਠੇ ਰਹੇ ਆ ਕੋ ਯੂਨੀਵਰਸਿਟੀ ਅਮਰਸਰ ਤੋਂ ਪੜ੍ਹਦੇ ਹੁੰਦੇ ਸੀ ਉਦੋਂ ਅਮਰਿੰਦਰ ਭਾਈ ਨਾਲ ਅਸੀਂ ਬਹੁਤ ਟਾਈਮ ਮਿਲੇ ਕਾਫੀ ਟਾਈਮ ਸਪੈਂਡ ਕੀਤਾ ਸੀ ਤੇ ਹੁਣ ਲੱਕ ਕਹਿ ਸਕਦੇ ਆ ਕਿਸਮਤ ਕਹਿ ਸਕਦੇ ਆ ਅੱਜ ਉਹ ਕਿੱਥੇ ਆ ਮੇਰਾ ਭਰਾ ਪਰ ਵਧੀਆ ਬੰਦਾ ਘੈਂਟ ਇਨਸਾਨ ਮਿਲਦਾ ਜਦੋਂ ਵੀ ਬੜੀ ਰਿਸਪੈਕਟ ਦਿੰਦਾ ਤੇ ਤਰ ਜਾਣਾ ਹੁਣ ਇਹਦੇ ਉਹਦੇ ਉਹਦੇ ਹੱਥ ਵਾਸੀ ਹੈ ਜੀ ਕਿਸੇ ਕਲਾਕਾਰ ਸਾਥੀ ਦਾ ਫੋਨ ਆਇਆ ਕਦੀ ਉਹਨਾਂ ਕਿਹਾ ਹੋ ਵੀ ਆ ਮੰਗਲਾ ਕਰਦੇ ਇਕੱਠੇ ਹੋਗੇ ਕੋਈ ਕੱਲ ਬਾਤ ਮੈਨੂੰ ਇਹ ਰঞ্জੀਤ ਭਾਵੇਂ ਦਾ ਇਦੋਂ ਉਸੇ ਦਾ ਡਿਪਟੀ ਉਹਨਾਂ ਦਾ ਫੋਨ ਆਇਆ ਸੀਗਾ ਪਰ ਉਹ ਉਹਦੀ ਪਿੱਠ ਸੁਣਦੀ ਵਿਚਾਰੇ ਦੀ ਉਹ ਕਹਿੰਦਾ ਸੀ ਆਪਾਂ ਬਾਵੇ ਭਾਜੀ ਉਹਨਾਂ ਨਾਲ ਗੱਲ ਹੋਈ ਹੈ ਤੇਰੀ ਆਪਾਂ ਗਾਣਾ ਤੇਰਾ ਕਰਾਂਗੇ ਬਾਵੇ ਉਹਨਾਂ ਨਾਲ ਹੂੰ ਬਾਬਰ ਕਾਟ ਤੋਂ ਉਹ ਵਿਚਾਰਾ ਐਕਸਪਾਇਰ ਹੋ ਗਿਆ ਦਾ 2 ਸਾਲ ਪਹਿਲਾਂ ਐਕਸੀਡੈਂਟ ਹੋ ਗਿਆ ਸੀ ਤੇ ਉਹਨਾਂ ਦਾ ਹੀ ਉਹਦੇ ਫੋਨ ਮੇਬੀ ਆਇਆ ਬਾਕੀ ਤੇ ਮੇਰਾ ਆਪਣਾ ਹੀ ਸਰਕਲ ਹੈ ਮੈਂ ਮੇਰਾ ਦੋਸਤ ਹੈ ਸਿਮਰਨਜੀਤ ਸਿੰਘ ਹੁੰਦਲ ਫਿਲਮ ਡਾਇਰੈਕਟਰ ਜੀ ਅਸੀਂ ਇਕੱਠੇ ਸ਼ੁਰੂ ਹੋਏ 2009 ਤੋਂ ਉਹਨਾਂ ਨੇ ਮੇਰਾ ਗਾਣਾ ਕੀਤਾ ਬਾਂਟੀ ਬੈਂਸ ਦਾ ਪ੍ਰਾਈਵੇਟੇਸ਼ਨ ਸੀ ਕਿ ਉਹ ਪਹਿਲੀ ਹਾਂ ਪਹਿਲੀ ਐਲਬਮ ਕਬੱਡੀ ਲਿਖਿਆ ਵੀ ਹੁੰਦਲਦਾ ਸੀਗਾ ਹੂੰ ਤੇ ਉਹ ਮੈਂ ਸੁਣਾਉਣਾ ਤੁਹਾਨੂੰ ਚੰਦ ਬੋਲ ਬਿਲਕੁਲ ਤੇ ਵੀ ਬ੍ਰੈਕ ਨੇ ਮਿਊਜ਼ਿਕ ਕੀਤਾ ਸੀ ਜਿੰਮੀ ਕਾਨੂੰ ਹੋਣਾ ਨੇ ਅੱਛਾ ਬ੍ਰੈਕੀ ਵੀ ਮੇਰਾ ਦੋਸਤ ਰਿਹਾ ਹੁਣ ਇਸ ਟਾਈਮ ਵੀ ਬ੍ਰੈਕਾ ਅੱਛਾ 3-4 ਸਾਲ ਪਿੰਦਰ ਬੂਰ ਬਾਜਰ ਚੰਡੀਗੜ੍ਹ ਹੀ ਰਹੇ ਇੱਥੇ ਹੀ ਰਹੇ ਤੁਹਾਡੇ ਤੇ ਕਿਉਂਕਿ ਵੀ ਪਰਿਵਾਰ ਦੇ ਨਾਲ ਤੇ ਫੇਰ ਘਰ ਹੀ ਰਹਿਣਾ ਪੈਂਦਾ ਬਾਹਰ ਜਾਣਾ ਲੱਗਾ ਰਹਿੰਦਾ ਕਬੱਡੀ ਦੇ ਮੈਂ ਤੁਹਾਨੂੰ ਚੰਦ ਬੋਲ ਹੂੰ ਉਹਦਾ ਜਦੋਂ ਮੈਂ ਸ਼ੁਰੂ ਕਰਦਾ ਲਾਈਵ ਹੂੰ ਸ਼ੇਰ ਤੋਂ ਆ ਰਹਿਣ ਸਦਾ ਪੰਜਾਬੀ ਵਸਦੇ ਹੋ ਲੱਗੇ ਤਰਤ ਤੇ ਨਾ ਅੱਡੀ ਬਈਓ ਪਿੰਡ ਹੈ ਕਦਾ ਤੇ ਜਿਹੜਾ ਖੇਡੇ ਕੋਈ ਨਾ ਕਬੱਡੀ ਤੇ ਜਿੱਥੇ ਖੇਡੇ ਕੋਈ ਨਾ ਕਬੱਡੀ ਹਾਰੀ ਸਾਰੀ ਦੇ ਨਾ ਬਸ ਖੇਡਣੀ ਕਬੱਡੀ ਉਹੀ ਏ ਪਲੇਅਰ ਜੇ ਨੇ ਜਿੱਤ ਇੱਥੇ ਗੱਡੀ ਔ ਬੜੀ ਸੌਖੀ ਹੁੰਦੀ ਫੋਕੀ ਫੜ ਮਾਰਨੀ ਕਿ ਹਕਮਤ ਮੈਦਾਨ ਚਾਹੀਦੀ ਐਵੇਂ ਖੇਡੀਆਂ ਨਹੀਂ ਜਾਂਦੀਆਂ ਕਬੱਡੀਆਂ ਦੇ ਪੱਟਾਂ ਵਿੱਚ ਜਾਨ ਚਾਹੀਦੀ ਔ ਖੇਡੀਆਂ ਨਹੀਂ ਜਾਂਦੀਆਂ ਕਬੱਡੀਆਂ ਕਿ ਡੌਲਿਆਂ 'ਚ ਜਾਨ ਚਾਹੀਦੀ ਇਹ ਪਹਿਲਾ ਗੀਤ ਹੈ ਲਾਈਫ ਦਾ ਜੀ ਵਾਹ ਉਸ ਤੋਂ ਬਾਅਦ ਬਹੁਤ ਗਾਣੇ ਆਏ ਨੇ ਰੀਜ਼ਨ ਮੇਰੇ ਗਾਣਾ ਇਹ ਰੀਜ਼ਨ ਮੈਂ ਤੁਹਾਨੂੰ ਸੁਣਾਉਂਦਾ ਮੇਰੇ ਦਿਲ ਦੇ ਬਹੁਤ ਕਰੀਬ ਹੈ ਬਲਜੀ ਸਾਈ ਮੇਰਾ ਦੋਸਤ ਸਾਉਂਡ ਸੀ ਜੈ ਰੈਕਟਨ ਤੋਂ ਬਹੁਤ ਗਾਣੇ ਕਰਦੇ ਨੇ ਹਰੇ ਹਰੇ ਇੱਕ ਬੋਲ ਪਗਾਉਂਦੇ ਤਾਂ ਵੀ ਕਦਰਾਂ ਨਾ ਹੋਈਆਂ ਚੁੱਪ-ਚਾਪ ਫੇਰੀਆਂ ਨਜ਼ਰਾਂ ਸਾਨੂੰ ਖਬਰਾਂ ਨਾ ਹੋਈਆਂ ਹਾਏ ਖਬਰਾਂ ਨਾ ਹੋਈਆਂ ਛੱਡ ਜਾਣਦਾ ਛੱਡ ਜਾਣਦਾ ਹੋ ਛੱਡ ਜਾਣ ਦਾ ਲੈ ਲੈ ਆ ਕਦੋਂ ਡਿਸੀਜਨ ਦੱਸ ਜਾਂਦੀ ਕਿਉਂ ਤੋੜੀ ਯਾਰੀ ਘਟੋ ਘਟੇ ਕਰੀਜ਼ਨ ਦੱਸ ਜਾਂਦੀ ਕਿਉਂ ਤੋੜੀ ਯਾਰੀ ਜਾਂਦੀ ਜਾਂਦੀ ਰੀਜ਼ਨ ਦੱਸ ਜਾਂਦੀ ਕੋਈ ਰੀਜ਼ਨ ਦੱਸ ਜਾਂਦੀ ਵਾਹ ਸਾਨੂੰ ਤਾਂ ਕਿਤੇ ਕਮੀ ਨਹੀਂ ਲੱਗਦੀ ਚਾਹੇ ਤੁਹਾਡੀ ਆਵਾਜ਼ ਹੈ ਚਾਹੇ ਤੁਹਾਡੇ ਗੀਤਾਂ ਦੇ ਚੋਣ ਆ ਗੀਤ ਤੁਹਾਡੇ ਚੋਣ ਮੇਰੀ ਤਕਰੀਬਨ ਹੁੰਦੀ ਸੱਭਿਆਚਾਰਕ ਹੁੰਦੀ ਆ ਕਿ ਮੇਰੇ ਗਾਣੇ ਪਰਿਵਾਰ ਦੇ ਵਿੱਚ ਘਰ ਦੇ ਵਿੱਚ ਮੈਨੂੰ ਗਾਣੇ ਬਹੁਤ ਆਉਂਦੇ ਨੇ ਹੋਰ ਮੈਂ ਮੇਰਾ ਉਹ ਅੰਦਰੋਂ ਮਾਰਨਿੰਗ ਉਹ ਚੀਜ਼ਾਂ ਮੈਂ ਗਾ ਨਹੀਂ ਸਕਦਾ ਹੁਣ ਮੇਰਾ ਗੀਤ ਅਕਦਾਜ ਤੇ ਆ ਰਿਹਾ ਥੋੜੇ ਸਮੇਂ ਵਿੱਚ ਇਹ ਗੀਤ ਹੈ ਇਹ ਮੇਰੇ ਫਾਦਰ ਸਾਹਿਬ ਦੀ ਚੁਆਇਸ ਆ 1995 95 ਚ ਡੈਥ ਹੋ ਗਈ ਔਰ 91 ਦਾ ਮੇਰੇ ਕੋ ਗਾਣਾ ਪਿਆ ਆ ਅੱਛਾ ਇਹ ਗਾਣਾ ਹੁਣ ਮੈਂ ਕਿੰਨੇ ਸਾਲ ਦੇ ਸੀ ਉਹ ਉਹ ਦੋ 11 ਸਾਲ ਦੇ ਮੇਬੀ ਅੱਛਾ ਹਾਂਜੀ ਮੈਂ ਛੋਟੀ ਪਹਿਲਾ ਸਕੂਲ ਦੇ ਵਿੱਚ ਗਾਉਣਾ ਰਾਮ ਰੀਲਾ ਦੇ ਵਿੱਚ ਗਾਉਣਾ ਦੂਰਦਰਸ਼ਨ ਦੇ ਮੈਂ ਫਾਜ਼ਲ ਸਾਹਿਬ ਮੇਰੇ ਮੈਨੂੰ ਬਹੁਤ ਵਾਰ ਲੈ ਕੇ ਗਏ ਨੇ ਸ਼ੁਰੂ ਤੋਂ ਗੁਰਦੁਆਰਾ ਸਾਹਿਬ ਵਿੱਚ ਵੀ ਗਾਉਣਾ ਸ਼ਬਦ ਗਾਉਣੇ ਦਾ ਸ਼ੁਰੂ ਤੋਂ ਪਿੰਡ ਤੋਂ ਕਾਰਵਾ ਚੱਲਦਾ ਰਹਿ ਗਿਆ ਕਾਰਵਾ ਚੱਲਦਾ ਹਾਂ ਮੈਂ ਉਹ ਦਾਸ ਗੀਤ ਦੇ ਤੁਹਾਨੂੰ ਵੱਡੀ ਬ੍ਰੇਕ ਨਹੀਂ ਮਿਲੀ ਅਜੇ ਤੱਕ ਇਹ ਕਹਿ ਸਕਦਾ ਵੱਡੀ ਹਾਂ ਵੱਡੀ ਇਹ ਇਹ ਹੈ ਕਿ ਨਹੀਂ ਦੋ ਜਿਹੜੇ ਮੈਨੂੰ ਜਿਹੜੇ ਮੇ ਨਾਲ ਜੁੜੇ ਨੇ ਤੁਸੀਂ ਮੈਨੂੰ ਪਿਆਰ ਕਰਦੇ ਓ ਤਾਂ ਮੇ ਨਾਲ ਬਹੁਤ ਕਾਰਵਾ ਜੁੜਿਆ ਉਹ ਕਿਤੇ ਨਾ ਕਿਤੇ ਮੈਨੂੰ ਯਾਦ ਕਰਦੇ ਰਹਿੰਦੇ ਨੇ ਪਰ ਉਹ ਉਹ ਚੀਜ਼ ਨਹੀਂ ਕਿ ਉਹ ਆਟੋਮੈਟਿਕ ਨਹੀਂ ਆਉਂਦਾ ਕੁਝ ਉਹ ਆਟੋਮੈਟਿਕ ਨਹੀਂ ਕੋਈ ਆਉਂਦਾ ਕਿਉਂਕਿ ਉਹਦੇ ਵਿੱਚ ਤਾਂ ਹੁਣ ਯਾਰੀ ਦੋਸਤੀ ਚ ਕੀ ਅਗਲਾ ਦੇ ਦਊਗਾ ਹੂੰ ਉਹ ਤੁਹਾਨੂੰ ਸੇਵਾ ਪਾਣੀ ਦੇ ਸਕਦਾ ਖਰਚ ਪਾਣੀ ਦੇ ਸਕਦਾ ਨਾ ਪਰ ਐਕਚੁਅਲ ਪਰ ਐਕਚੁਅਲ ਖਰਚ ਕਿੰਨਾ ਆਉਂਦਾ ਨਾ ਸਾਊਂਡ ਦਾ ਕਿੰਨਾ ਖਰਚ ਆਉਂਦਾ ਮਿਊਜ਼ੀਸ਼ੀਅਨਾਂ ਦਾ ਕਿੰਨਾ ਬੈਕ ਵੋਕਲ ਐਂਕ ਐਂਕਰ ਹੁੰਦਾ ਸਾਰੀ ਟੀਮ ਹੁੰਦੀ ਹੈ ਉਹਨਾਂ ਨੂੰ ਗੱਡ ਕੇ ਮੈਨੂੰ ਕੁਝ ਵੀ ਨਹੀਂ ਪਾਈਦਾ ਅੱਜ ਜੇ ਆਪਾਂ ਜਾਣੀਏ ਤੇ ਮੰਗਲ ਸੰਧੂ ਜੀ ਇੱਕ ਸਟੇਜ ਦਾ ਕਿੰਨਾ ਲੈ ਲੈਂਦੇ ਨੇ ਵੈਸੇ ਜੇ ਕੋਈ ਬਾਹਰੋਂ ਆਵੇ ਤੇ ਦੇਖੋ ਪ੍ਰਾਈਜ਼ ਇਹ ਹੈ ਕਿ ਇੱਕ ਬੈਂਡ ਦਾ ਕਿੰਨਾ ਖਰਚਾ ਟੋਟਲ ਇੱਕ ਇੱਕ ਬੈਂਡ ਦਾ ਵਾ ਟੋਟਲ ਖਰਚਾ ਕਰੀਏ ਨਾਰਮਲੀ ਕੱਲੇ ਮਿਜਿਸ਼ੀਨਾਂ ਦਾ ਸਾਰੇ ਗਰੁੱਪ ਦਾ 25000 ਰੁਪਏ ਖਰਚਾ ਆਉਂਦਾ ਤੇ ਉਹ ਉਹ ਮੈਂ ਕਹਿ ਨਹੀਂ ਸਕਦਾ ਕਿ ਮੈਨੂੰ ਕਿੰਨੇ ਲੋਕ ਦਿੰਦੇ ਨੇ ਕਿੰਨੇ ਨਹੀਂ ਪ੍ਰਾਈਜ਼ ਬਣਦਾ ਹੀ ਨਹੀਂ ਜਦੋਂ ਭਰਾ ਹੀ ਦੱਸਦੇ ਅਗਲੇ ਨੂੰ ਹੁਣ 25 30 ਦੋ ਜੇ ਮੈਂ ਉਹ ਡਬਲ ਦੱਸਦਾ ਜਾਂ ਡੇਢ ਦੱਸਦਾ ਉਹ ਕਹਿੰਦੇ ਨਹੀਂ 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 ਯਾਰ ਇਹ ਇੰਨਾ ਨਹੀਂ ਜਦ ਕਿ ਦੇਖੋ ਕਿੰਨੇ ਗਾਣੇ ਆ ਚੁੱਕੇ ਨੇ ਕਿੰਨਾ ਕੁਸ਼ ਆ ਗਿਆ 25 3000 ਦਾ ਲਾਵਾ ਜੋ ਪਰ ਜੇ ਹੁਣ 10 2000 ਰੁਪਏ ਬਜੇਗਾ ਤਾਂ ਹੀ ਮੇਰੇ ਖਰਚੇ ਪੂਰੇ ਹੋਣਗੇ ਫੇਮ ਅਗਲਾ ਗਾਣਾ ਕਿੱਥੋਂ ਕਰਨਾ ਆਰਟਿਸਟ ਕੱਲਾ ਇੱਕ ਥੋੜੀ ਘਰ ਬੈ ਗਿਆ ਆਰਟਿਸਟ ਨੂੰ ਕਿੱਥੇ ਕਿੱਥੇ ਜਾਣਾ ਪੈਂਦਾ ਕਿੱਥੇ ਮੀਟਿੰਗਾਂ ਕਰਨੀਆਂ ਪੈਣੀਆਂ ਸਟੂਡੀਓ ਬਾਰ ਬਾਰ ਰਿਕਾਰਡਿੰਗ ਕਰਨ ਜਾਣਾ ਪੈਂਦਾ ਸ਼ੂਟਿੰਗ ਕਰਨ ਜਾਈਦਾ ਕਈ ਵਾਰੀ ਇੱਕ ਵਾਰ ਨਹੀਂ ਸ਼ੂਟਿੰਗ ਹੋਈ ਦੂਸਰੀ ਵਾਰ ਜਾਣਾ ਪੈਂਦਾ ਤੀਸਰੀ ਵਾਰ ਉਹ ਸਾਰੇ ਖਰਚੇ ਤੋਂ ਨੇ ਆਪਣੇ ਸ਼ੋਅਾਂ 'ਚੋਂ ਕੱਢਣ ਕਿਹੜੀ ਕੰਪਨੀ ਆ ਜਿਹੜੀ ਮੰਗਲ ਸੰਧੂ ਤੇ ਯਕੀਨ ਕਰਕੇ ਅੱਜ ਵੀ ਪੈਸਾ ਲਾਉਂਦੀ ਆ ਕੰਪਨੀਆਂ ਮੇਰੇ ਕਾਫੀ ਦੋਸਤ ਨੇ ਮੇਰਾ ਭਰਾ ਇੱਕ ਬਲਜੀਤ ਸਾਈ ਹੈ ਸੌਂਸੀ ਜੇ ਲੈ ਗਿਟ ਦੋ ਉਹ ਮੇਰੇ ਕਾਫੀ ਗਾਣੇ ਕਰਦੇ ਰਹਿੰਦੇ ਨੇ 골ਡੀ ਦਰਦੀ ਹੈ ਮੇਰਾ ਭਰਾ ਕੰਪਨੀਆਂ ਬਹੁਤ ਨੇ ਹੁਣ ਕਿਹਦਾ ਕਿਹਦਾ ਨਾਮ ਕਿਹਦਾ ਕਿਹਦਾ ਨਾਮ ਆ ਸਾਰੇ ਯਾਰ ਕਿਉਂਕਿ ਕਿਉਂ ਉਹ ਉਹ ਜੁੜੇ ਨੇ ਪੁਰਾਣੇ ਮਿੱਤਰ ਨੇ ਦੋਸਤ ਨੇ ਉਹ ਕਹਿੰਦੇ ਕੁਛ ਨਾ ਕੁਛ ਕਰਦੇ ਰਹੀਏ ਉਹ ਤਾਂ ਕਰ ਰਹੇ ਨੇ ਉਹ ਤਾਂ ਆਪਣਾ ਲੱਖਾਂ ਰੁਪਏ ਇਨਵੈਸਟਮੈਂਟ ਕਰ ਰਹੇ ਨੇ ਪਰ ਉਹਦੇ باوجود ਜੇ ਹੁਣ ਮੈਨੂੰ ਮੇਰਾ ਪ੍ਰਾਈਜ਼ ਨਹੀਂ ਮਿਲ ਰਿਹਾ ਮੈਨੂੰ ਸ਼ੋਅ ਨਹੀਂ ਆ ਰਹੇ ਕਦੀ ਕਿਸੇ ਨੇ ਇਹ ਨਹੀਂ ਕਿਹਾ ਵੀ ਮੰਗਲ ਜਰ ਅਸੀਂ ਤੇਰੇ ਤੇ ਇਨੇ ਲੱਖ ਲਾਤਾ ਪਰ ਸਾਨੂੰ ਫਾਇਦਾ ਨਹੀਂ ਹੋਇਆ ਕੋਈ ਨਹੀਂ ਇਹ ਨਹੀਂ ਕਿਹਾ ਇਹ ਨਹੀਂ ਇਹ ਇਹ ਮੈਂ ਉਹਨਾਂ ਦਾ ਬੜਪਣ ਕਹਿ ਸਕਦਾ ਮੈਂ ਉਹਨਾਂ ਦਾ ਧੰਨਵਾਦ ਹਾਂ ਮੈਨੂੰ ਇਹ ਬਹੁਤ ਚਕਾਰੇ ਨੇ ਮੈਂ ਉਹਨਾਂ ਦਾ ਸਦਾ ਰਣੀ ਹ ਜਿਨ੍ਹਾਂ ਜਿਨ੍ਹਾਂ ਨੇ ਵੀ ਮੇਰੇ ਤੇ ਐਫਰਟ ਕੀਤਾ ਮੈਨੂੰ ਕਿਸੇ ਨਾਲ ਕੋਈ ਗਿਲਾ ਨਹੀਂ ਸਾਰੇ ਹੀ ਉਸ ਪਿਆਰ ਕਰਦੇ ਨੇ ਸਾਰਾ ਪ੍ਰਮਾਤਮਾ ਉਹਨਾਂ ਦਾ ਭਲਾ ਕਰੇ ਚੜ੍ਹਦੀ ਕਲਾ ਵਿੱਚ ਮੰਗਲ ਸੰਧੂ ਜੀ ਕਦੀ ਇਕੱਲੇ ਬਹਿ ਕੇ ਭਾਵੁਕ ਹੋਏ ਨੇ ਇਕੱਲੇ ਬਹਿ ਕੇ ਕਦੀ ਰੋਏ ਨੇ ਸਫਰ ਨੂੰ ਵੇਖਦੇ ਆ ਹਾਂ ਦੇਖੋ ਬਹੁਤ ਵਾਰ ਇਮੋਸ਼ਨਲ ਹਮ ਪਰ ਇਹ ਆ ਕਿ ਉਹ ਪ੍ਰਮਾਤਮਾ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਮੈਨੂੰ ਡੋਲਣ ਨਹੀਂ ਦਿੰਦਾ ਸੰਭ ਲੈਂਦਾ ਸੰਭ ਲੈਂਦਾ ਉਹ ਉਹੀ ਸੰਭਦਾ ਹੁਣ ਤੱਕ ਭਾਵੇਂ ਕੁਝ ਵੀ ਨਹੀਂ ਬਣਿਆ ਅੱਜ ਤੱਕ ਇੰਨਾ ਕਰਦੇ ਆ ਇਨੇ ਗਾਣੇ ਕਰ ਲਏ ਨਾ ਟਾਈਮ ਚਲੋ ਮੈਂ ਵੇਸਤ ਨਹੀਂ ਕਹਿ ਸਕਦਾ ਕਿਉਂਕਿ ਆ ਆਰਟਿਸਟ ਜਿਹੜਾ ਹੁੰਦਾ ਉਹਨੂੰ ਆਪਣੀ ਲਾਈਫ ਪਿਆਰੀ ਹੁੰਦੀ ਜਿੱਥੇ ਵੀ ਉਹ ਹੁੰਦਾ ਕਿਉਂਕਿ ਪਰਮਾਤਮਾ ਕਹਿੰਦੇ ਕਿ ਜਿਉਂ ਤੁਸੀਂ ਕਰ ਰਹੇ ਹੋ ਤੁਹਾਨੂੰ ਦੇ ਰਿਹਾ ਉਹ ਤੁਹਾਡੇ ਕਰਮਾ ਚ ਹੈ ਉਹਨੂੰ ਵੇਸਤ ਨਹੀਂ ਕਹਿ ਸਕਦੇ ਤੇ ਦੇਖੋ ਕਿਤੇ ਨਾ ਕਿਤੇ ਤੁਸੀਂ ਸੁਣੇਗੇ ਆਸ ਹੈਗੀ ਕਿਸੇ ਤੋਂ ਅੱਜ ਦੇ ਸਮੇਂ ਦੇ ਵਿੱਚ ਆਸ ਕਰਦੇ ਹਾਂ ਕੋਈ ਐਸਾ ਸਾਥੀ ਕਲਾਕਾਰ ਕੋਈ ਐਸਾ ਚਿਹਰਾ ਜਿਹਦਾ ਲੱਗਦਾ ਵੀ ਯਾਰ ਮੈਨੂੰ ਲੱਗਦਾ ਆਉਣ ਵਾਲੇ ਸਮੇਂ 'ਚ ਆ ਮੇਰਾ ਸਾਥ ਦੇਊਗਾ ਜਾਂ ਮੈਨੂੰ ਕਹੂਗਾ ਵੀ ਮੰਗਲ ਸਿੰਘ ਆ ਜਾ ਵੀ ਬਹੁਤ ਸਮਾਂ ਹੋ ਗਿਆ ਲੱਗਦਾ ਕੋਈ ਇਦਾਂ ਦਾ ਹੈ ਨਹੀਂ ਸਾਰੇ ਕਈ ਆ ਰਹੇ ਨੇ ਬਾਹਰ ਦੇ ਬਾਹਰੋਂ ਬਹੁਤ ਫੁਮਣਾਉਂਦੇ ਨੇ ਸਾਰਿਆਂ ਦੇ ਕਿ ਤੇਰੇ ਆਪਾਂ ਸ਼ੋਅ ਕਰਵਾਉਂਦੇ ਆ ਇਦਾਂ ਕਰਦੇ ਆ ਉਹ ਕਰਦੇ ਆ ਅਜੇ ਤੱਕ ਕੋਈ ਨਹੀਂ ਹਾਂ ਦੁਬਈ ਮੈਂ ਗਿਆ ਸੀਗਾ ਤੇ ਫੇ ਮੈਂ ਸ਼ੋਅ ਕਰਕੇ ਆਇਆ ਸੀਗਾ ਧਾਰਮਿਕ ਸ਼ੋਅ ਸੀਗਾ ਗੁਰਵਦਾਸ ਮਾਰੇ ਦਉਦੋ ਸਾਰੀ ਟੀਮ ਗਈ ਸੀਗੀ ਹੂੰ ਉਹ ਵੀ ਕੁਛ ਮੈਂ ਆਫ ਆ ਵੀ ਐਫਰਟ ਕੀਤਾ ਕੁਛ ਉਹਨਾਂ ਮੇਰੇ ਦੋਸਤਾਂ ਨੇ ਕੇ ਇਹਦਾ ਸ਼ੁਰੂ ਕਰੀਏ ਬਾਹਰ ਦਾ ਉਸ ਤੋਂ ਬਾਅਦ ਕੋਈ ਨਹੀਂ ਅਜੇ ਤੱਕ ਐਕਚੁਅਲ 'ਚ ਕੀ ਹੈ ਮੈਂ ਕਿਸੇ ਨੂੰ ਦੋਸ਼ ਨਹੀਂ ਦਿੰਦਾ ਕਿਉਂਕਿ ਬਾਹਰ ਬਾਹਰ ਹਰ ਇੱਕ ਦਾ ਵਾਸ ਨਹੀਂ ਆ ਉਹ ਉਹਨਾਂ ਦੇ ਆਪਣੇ ਬڑے ਖਰਚੇ ਨੇ ਹਮ ਸਾਰਾ A to Z ਆਪਣੀਆਂ ਫੈਮਲੀਆਂ ਦੇ ਉਹ ਹੁਣ ਵਿਚਾਰੇ ਮੇਰੇ ਦੇ ਐਫਰਟ ਗਨ ਅਗਰ ਮੈਂ ਹਿੱਟ ਹੋਵਾਂ ਮੇਰਾ ਗਾਣਾ ਚੰਗੇ ਚੱਲ ਚੱਲ ਜਾ ਹਮ ਫੇਰ ਔਰ ਇੱਥੇ ਵੀ ਆਪਾਂ ਹਿੱਟ ਹਮ ਉਹ ਉੱਥੇ ਜਦੋਂ ਫਿਰ ਸਾਡੇ ਟਿਕਟ ਬੁਕਿੰਗ ਬੁਕਿੰਗ ਕਰਦੇ ਜਾਂ ਸਾਰਾ ਕੁਝ ਉਹチェ ਕਰ ਸਕਦੇ ਨੇ ਪਰ ਜਿੰਨੇ ਜੋਗੇ ਨੇ ਕਰਦੇ ਨਹੀਂ ਪਰ ਏ ਨਹੀਂ ਅਜੇ ਤੱਕ ਕਿਸੇ ਨੇ ਵੀ ਤੇਰੇ ਬਾਹਰ થી ਸ਼ੋਅ ਕਰਵਾਈਏ ਕਿਉਂਕਿ ਬਾਹਰ ਦੇ ਪੈਸੇ ਲੱਗਦੇ ਹੋ ਆਪਣੇ ਉਹ ਹੈਗੇ ਨਹੀਂ ਹੂੰ ਕਿਤੇ ਵੀ ਜਾਣਾ ਤੁਹਾਨੂੰ ਬਤਾ ਕਿੰਨਾ ਖਰਚਾ ਆਉਂਦਾ ਹੋਵੇ 24 ਸਾਲ ਹੋ ਗਏ ਮੰਗਲ ਸੰਧੂ ਹੋਰਾਂ ਨੂੰ ਗਾਉਂਦਿਆਂ ਕਿੰਨੀਆਂ ਗੱਡੀਆਂ ਖਰੀਦੀਆਂ ਗੱਡੀਆਂ ਇੱਕ ਐਕਸਪਲੈਂਡਰ ਖਰੀਦਿਆ ਜੋ ਵੀ ਲੋਨ ਲੈ ਕੇ ਉਹ ਵੀ ਲੋਨ ਤੇ ਚੱਲਿਆ ਨੈਟ ਕਿਥੋਂ ਖਰਚੇ ਨਹੀਂ ਚੱਲਦੇ ਮੈਂ ਉਹਨਾਂ ਦਾ ਪਾਵੋ ਕੋ ਹੋ ਜਾਂਦਾ ਮੇਰੇ ਦੋਸਤ ਜਿਹੜੇ ਅੱਜ ਵੀ ਜਿਨ੍ਹਾਂ ਨੇ ਮੇਰੀ ਹੈਲਪ ਕੀਤੀ ਆ ਮੈਨੂੰ ਕਦੀ ਫੋਨ ਨਹੀਂ ਕੀਤਾ ਗਾ ਵੀ ਉਹ ਕਹਿੰਦੇ ਦੱਸੋ ਪਰ ਇਹ ਕਿ ਜਿਹੜਾ ਇੱਕ ਮੀਡੀਅਮ ਆਰਟਿਸਟ ਆ ਉਹਦੀ ਜਿਹੜੀ ਜ਼ਿੰਦਗੀ ਲਾਈਫ ਆ ਨਾ ਉਹਦੀ ਉਹ ਨੂੰ ਪਤਾ ਉਹ ਕਿਦਾਂ ਚਲਾਉਂਦਾ ਪਰਿਵਾਰ ਨੂੰ ਸਾਰੇ ਮੈਨੇਜ ਕਰਦਾ ਮੰਮੀ ਨਾਲ ਖੜੇ ਵਾਈਸ ਨੇ ਕਦੀ ਨਹੀਂ ਕਿਹਾ ਵੀ ਛੱਡ ਦੋ ਇਹਦੇ ਚ ਕੀ ਰੱਖਿਆ ਇੰਨਾ ਸਮਾਂ ਹੋ ਗਿਆ ਕੁਝ ਬਣਿਆ ਨਹੀਂ ਗਾਂ ਕੀ ਬਣੂਗਾ ਇਹ ਤਾਂ ਗੱਲ ਕਰਦੇ ਨੇ ਕਿ ਗਾਂ ਕੀ ਬਣੂਗਾ ਹੂੰ ਪਰ ਛੱਡਨ ਨੂੰ ਨਹੀਂ ਕਹਿੰਦੇ ਅੱਛਾ ਛੱਡਨ ਨੂੰ ਕਿਹਦੇ ਤਾਂ ਨਹੀਂ ਕਹਿੰਦੇ ਕਿਉਂਕਿ ਉਹ ਹੁਣ ਉਹਨਾਂ ਨੂੰ ਇਹ ਹੈ ਕਿ ਇੰਨੇ ਟਾਈਮ ਤੋਂ ਲੱਗੇ ਨੇ ਉਹਨਾਂ ਨੂੰ ਵੀ ਕੋਈ ਆਸ ਹੈਗੀ ਉਹ ਉਹਨਾਂ ਦਾ ਮੈਂ ਆਈਡਲ ਸਮਝ ਲਓ ਮੈਨੂੰ ਸਮਝਦੇ ਨੇ ਕਿ ਮੈਂ ਕਿ ਮੇਰਾ ਜਿਹੜਾ ਹਸਮੈਡ ਕਲਾਕਾਰ ਬਣਿਆ ਰਹੇ ਹੂੰ ਕੀ ਪਤਾ ਨੇ ਮਨ ਚ ਹੋਣਾ ਉਹਨਾਂ ਦੇ ਪਰ ਅਜੇ ਤੱਕ ਮੈਨੂੰ ਕਿਹਾ ਨਹੀਂ ਸ਼ੱਡਨ ਨੂੰ ਨਹੀਂ ਕਿਹਾ ਪਰ ਇਹ ਕਿ ਉਹ ਕਹਿੰਦੇ ਨਾਲ ਤੁਸੀਂ ਜੇ ਨਹੀਂ ਲੱਗਦਾ ਕੰਮ ਚ ਚਲਾ ਲਓ ਕੰਮ ਚਲਾ ਲਓ ਪਰ ਕੰਮ ਚਲਾ ਲਓ ਵੀ ਪੈਸੇ ਚਾਹੀਦੇ ਨਵੇਂ ਸਿਰਿਓਂ ਡਾਰਵੀ ਲੱਗਦਾ ਕਿ ਯਾਰ ਕਰਜ਼ਾ ਚੱਕ ਲਈਏ ਕਰਜ਼ੇ ਤੇ ਪਹਿਲੇ ਨਹੀਂ ਲੱਗਦੇ ਕਲਾਕਾਰਾਂ ਦੇ ਮੀਡੀਅਮ ਕਲਾਕਾਰਾਂ ਦੇ ਤਾਂ ਪਹਿਲਾਂ ਕਰਜੇ ਲਾਦੇ ਨਹੀਂ ਪਰ ਆਪਾਂ ਇਹ ਵੀ ਵੇਖੀਏ ਕਿ ਮੰਗਲ ਸੰਧੂਣਾ ਕੋ ਨਾ ਤੇ ਗੱਡੀ ਆ ਨਾ ਕੋਈ ਬਹੁਤਾ ਸਿਕਿਉਰਿਟੀ ਵਾਲੇ ਆ ਨਾ ਕੋਈ ਬਾਡੀਗਾਰਡ ਆ ਨਾ 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 ਕੁਛ ਨਹੀਂ ਪਹਿਲੇ ਜਿਹੜੇ ਚੁੱਕ ਚੁੱਕ ਕੇ ਗਾਣਿਆਂ ਤੇ ਲਾਇਆਸ ਉਹੋ ਹੀ ਆ ਉਹ ਹੀ ਆ ਉਹੋ ਹੀ ਲੈਣਦੇ ਨੇ ਉਹੋ ਹੀ ਲੈਣਦੇ ਨੇ ਉਹੋ ਹੀ ਚੱਲੀ ਜਾਂਦਾ ਪਹਿਲਾਂ ਚੜ ਜਾਂਦਾ ਉੱਤਰ ਜਾਂਦਾ ਇਹ ਤਾਂ ਹੁਣ ਸਿਰ ਦੇਣ ਵਾਲੀ ਗੱਲ ਹੋ ਗਈ ਹੁਣ ਸਿਰ ਦਿੱਤਾ ਨਾ ਬਾਹਰ ਘੱਟ ਸਕਦੇ ਨੇ ਅੰਦਰ ਘੱਟ ਸਕਦੇ ਆ ਚੱਲੀ ਜਾਂਦਾ ਤੇ ਆਪਾਂ ਚਲਾਈ ਜਾਂਦੇ ਗੱਡੀ ਕਿਤੇ ਨਾ ਕਿਤੇ ਜੇ ਮਾਲਕ ਲੱਗੂਗਾ ਤੇ ਉਹ ਕਹਿੰਦੇ ਮਾਲੀ ਦਾ ਕੰਮ ਪਾਣੀ ਪਾਉਣਾ ਹਮ ਫਲ ਫੁੱਲਾ ਵੀ ਉਹਦੀ ਮौज ਹੈ ਜੇ ਲੱਗੂਗਾ ਤੇ ਠੀਕ ਹੈ ਬੰਟੀ ਬੈਸ ਹੋਣਾ ਨਾ ਦੁਬਾਰਾ ਕੋਸ਼ਿਸ਼ ਨਹੀਂ ਕੀਤੀ ਟਾਈ ਅਪ ਕਰਨ ਦੀ ਚੰਗੀ ਕੰਪਨੀ ਆ ਚੰਗਾ ਨਾਮ ਆ ਜੇ ਤੁਹਾਡਾ ਪਹਿਲਾ ਉਹਨਾਂ ਦੀ ਪਹਿਲੀ ਪ੍ਰੈਜੈਂਟੇਸ਼ਨ ਤੁਹਾਡੇ ਗੀਤ ਨਾਲ ਸੀ ਤੇ ਅੱਜ ਸਾਡੀ ਮਿਕਸ ਟੇਪ ਆਈ ਸੀਗੀ ਬਾਹ ਨਹੀਂ ਫੜਦੇ ਨਹੀਂ ਮਿਲੇ ਨਹੀਂ ਗਏ ਕੁਝ ਵਾਰ ਮਿਲੇ ਅਸੀਂ ਦੋ ਚਾਰ ਵਾਰ ਤੇ ਜ਼ਿਆਦਾ ਨਹੀਂ ਹੋਇਆ ਮੇਲ ਕਿਉਂਕਿ ਮੇਰਾ ਦੋਸਤ ਸਿਮਰਨ ਜੀ ਸਿੰਘ ਹੁੰਦਲਾ ਫਿਲਮ ਡਾਇਰੈਕਟਰ ਹੁਣ ਬਣ ਗਿਆ ਪਰ ਆਪਾਂ ਨੇ ਕਾਫੀ ਹਣੇ ਫਿਲਮਾਂ ਕੀਤੀਆਂ ਉਹ ਉਹਦੇ ਨਾਲ ਹੀ ਆਪਾਂ ਮਿਲੇ ਸੀਗੇ ਉਸ ਤੋਂ ਬਾਅਦ ਨਹੀਂ ਮੇਲ ਨਹੀਂ ਹੋਇਆ ਕਦੀ ਤੇ ਗੱਲ ਇਹ ਆ ਕਿ ਉਹ ਗੇੜੇ ਆ ਜੀ ਕੰਪਨੀ ਜਿਹੜੀ ਮਰਜੀ ਹੁਣ ਕੰਪਨੀਆਂ ਵੀ ਕੀ ਗੱਲ ਕੰਪਨੀਆਂ ਨੂੰ ਬਚਦਾ ਕੁਛ ਨਹੀਂ ਕੰਪਨੀਆਂ ਇੱਕ ਕਲਾਕਾਰ ਤੇ ਲੱਖ ਰੁਪਇਆ ਲਾਉਂਦੀਆਂ ਜੇ ਮੰਗਲ ਸੰਧੂ ਕਿਸੇ ਨੂੰ ਦੋਸ਼ਤਾ ਨਹੀਂ ਦਿੰਦੇ ਨਹੀਂ ਮੈਂ ਕਿਸੇ ਨੂੰ ਦੋਸ਼ ਨਹੀਂ ਦਿੰਦਾ ਸਾਰੇ ਮੈਨੂੰ ਪਿਆਰੇ ਨੇ ਸਾਰੇ ਪਿਆਰ ਕਰਦੇ ਨੇ ਮੈਂ ਆਪਣੀ ਕਿਸਮਤ ਨੂੰ ਕਹਿ ਸਕਦਾ ਕਿ ਆਪਣੇ ਲੱਕ ਨੂੰ ਕਹਿ ਸਕਦਾ ਕਿ ਮੇਰੇ ਚ ਕੋ ਕਮੀ ਹੋ ਸਕਦੀ ਕਈ ਕਲਾਕਾਰ ਕਹਿੰਦੇ ਪਹਿਲੇ ਪਹਿਲੇ ਕਹਿੰਦੇ ਬੈਠੇ ਹੁੰਦੇ ਹੂੰ ਉਹ ਨਵੇਂ ਆਉਂਦੇ ਨੇ ਮੁੰਡੇ ਪਹਿਲਾਂ ਚੱਲ ਜਾਂਦਾ ਕਿਸੇ ਦਾ ਕੁਝ ਵੀ ਚੱਲ ਜਾਂਦਾ ਕਈਆਂ ਤੇ ਗਾਣੇ ਹੀ ਨਹੀਂ ਆਏ ਹੁੰਦੇ ਹੂੰ ਕਈ ਕਲਾਕਾਰ ਮੈਂ ਤਾਂ ਰੋਇਆ ਐਸੇ ਦੱਸ ਦਉ ਉਹਨਾਂ ਤੇ ਕੋਈ ਟਰੈਕ ਹੀ ਨਹੀਂ ਆਇਆ ਉਹਨਾਂ ਕੋਈ ਇੰਨਾ ਕੰਮ ਐ ਸ਼ੋਅ ਆ ਵਧੀਆ ਹੂੰ ਤੇ ਕਿਸੇ ਨੂੰ ਗੱਲ ਕੀਤਾਂ ਦੇ ਚੋਣ ਦੀ ਕਰੀਏ ਗਾਇਆ ਤੁਸੀਂ ਹਰ ਤਰ੍ਹਾਂ ਦਾ ਗੀਤ ਆ ਭਾਵੇਂ ਉਹ ਮਾਂ ਦਾ ਹੋਵੇ ਸਵਰਾਜ ਗੀਤ ਹੋਵੇ ਭਾਵੇਂ ਉਹ ਧਾਰਮਿਕ ਤੇ ਹੋਵੇ ਆਵੇਂ ਗੁਰੂ ਰਵੀਦਾਸ ਜੀ ਦਾ ਧਾਰਮਿਕ ਉਹ ਹੋਵੇ ਸਾਰੇ ਸਾਰੇ ਹਰ ਤਰ੍ਹਾਂ ਦਾ ਰੰਗ ਗਾਇਆ ਨਾਨਕ ਪਾਸ਼ਾ ਦੀ ਹੈ ਸਾਰੇ ਸਾਰੇ ਗਾਏ ਕਿਉਂਕਿ ਮੈਂ অলਮੋਸਟ ਸਾਰੇ ਸ਼ੋਅ ਕਰਦਾ ਹੂੰ ਤੇ ਇਹ ਹੁਣ ਉਹ ਬਾਦਸ਼ਾਹ ਹੀ ਜਾਣਦਾ ਜੀ ਸਾਰਾ ਨਾ ਮੰਗਲ ਸੰਤੂ ਜੀ ਇੱਕ ਗੀਤ ਕੋਈ ਐਸਾ ਹੋ ਜਵੇ ਹੂੰ ਜਿਹੜਾ ਰੂਹ ਤਾਜੀ ਕਰ ਦਵੇ ਤੁਹਾਡੀ ਵੀ ਤੁਸੀਂ ਕਹਿੰਦੇ ਹੋ ਕਿ ਆਹ ਮੇਰੀ ਚੀਜ਼ ਬਹੁਤ ਕਮਾਲ ਦੀ ਆ ਤੁਹਾਡਾ ਮਨ ਪਸੰਦੀਦਾ ਮੰਗਲ ਸੰਤੂ ਠੀਕ ਪੁਰਾਣਿਆਂ ਚ ਹਾਂ ਪੁਰਾਣਿਆਂ ਦੇ ਵਿੱਚੋਂ ਨਾਲੇ ਪਹਿਲਾ ਆਇਆ ਨਾ ਹੂੰ ਮੇਰਾ ਗੀਤ ਆਇਆ ਸੀਗਾ ਤੇਰੇ ਚੱਕਰਾਂ 'ਚ ਮੁੰਡਾ ਰਹਿ ਜੇ ਨਾ ਕੁਵਾਰ ਅਸ ਹਾਂ ਹੋ ਜਾਂਦੀ ਲੰਘਦੀ ਜਵਾਨੀ ਹੋ ਗਏ 31 ਸਾਲ ਦੇ ਇੱਕ ਵਾਰਾ ਗੀਤ ਹੈ 18 ਸਾਲ ਦਾ ਗੀਤ ਆਇਆ ਸੀਗਾ ਅੱਛਾ ਉਸ ਤੋਂ ਬਾਅਦ 31 ਸਾਲ ਜਾਂਦੀ ਲੰਘਦੀ ਜਵਾਨੀ ਹੋ ਗਏ 31 ਸਾਲ ਦੇ ਦੋ ਦੋ ਬੱਚਿਆਂ ਦੇ ਬਾਪ ਸਭ ਮੇਰੇ ਨਾਲ ਦੇ ਹੋ ਟਾਲੀ ਜਾਂਦੇ ਆ ਜੇ ਵੀ ਨਿਤ ਨਾ ਕੇ ਨਵਾਲਾ ਰਵੇ ਕੀ ਤੇਰੇ ਚੱਕਰਾਂ ਚ ਹੋ ਤੇਰੇ ਚੱਕਰਾਂ ਚ ਮੁੰਡਾ ਰਹੇ ਜੇ ਨਾ ਕੁਵਾਰਾ ਵੇਖੀ ਤੇਰੇ ਚੱਕਰਾਂ ਚ ਤੇਰੇ ਚੱਕਰਾਂ ਚ ਮੁੰਡਾ ਰਹੇ ਜੇ ਨਾ ਕੁਵਾਰਾ ਵੇਖੀ ਤੇਰੇ ਚੱਕਰਾਂ ਚ ਇੱਕ ਥੋੜਾ ਸਵਰਾਜ ਗੀਤ ਸੀਗਾ ਹਾਂ ਉਹ ਵੀ ਉਹ ਵੀ ਸਰਾ ਉਹ ਜ਼ਰੂਰ ਹਾਂ ਉਹ ਗਾਣਾ ਬਹੁਤ ਪਸੰਦ ਕੀਤਾ ਜੀ ਸਾਰਿਆਂ ਨੇ ਉਦੋਂ ਕੁਝ ਲੋਕਾਂ ਨੇ ਟਾਈਮ ਦਿੱਤਾ ਕੁਝ ਸਟੇਜਾਂ ਤੇ ਇਹ ਗਾਣੇ ਆਉਣ ਦੇ ਨਾਲ ਹਾਂਜੀ ਸੋ ਰਾਜਨ ਹੂੰ ਓ ਤੇਰੇ ਪਿੱਛੇ ਲੱਗਨੀ ਮੈਂ ਭੁੱਲੀ ਬੈਠਾ ਰੱਬ ਨੂੰ ਤੂੰ ਛੱਡਿਆ ਸੀ ਮੈਨੂੰ ਨਹੀਂ ਮੈਂ ਛੱਡੀ ਬੈਠਾ ਸਭ ਨੂੰ ਓ ਤੇਰੇ ਪਿੱਛੇ ਲੱਗਨੀ ਮੈਂ ਭੁੱਲੀ ਬੈਠਾ ਰੱਬ ਨੂੰ ਤੂੰ ਛੱਡਿਆ ਸੀ ਮੈਨੂੰ ਨਹੀਂ ਮੈਂ ਛੱਡੀ ਬੈਠਾ ਸਭ ਨੂੰ ਓ ਚਾਰ ਡਾਲਰਾਂ ਦੇ ਵਿੱਚ ਪਿਆਰ ਭੁੱਲ ਕੇ ਚਾਰ ਡਾਲਰਾਂ ਦੇ ਪਿੱਛੇ ਪਿਆਰ ਭੁੱਲ ਕੇ ਬਿੱਲੋ ਛੱਟ ਦੇਣੀ ਤੁਰ ਗਈ ਜਹਾਜ਼ੇ ਚੜ ਕੇ ਹੋ ਤੈਨੂੰ ਗੱਡੀਆਂ ਦੇ ਚਾਕੇ ਨੇ ਬਲੇਤਵਾੜਤਾ ਨਹੀਂ ਅਸੀਂ ਬਾਪੂ ਕੋਲ ਲਿਆ ਸਿਮਰਾਜ ਲੜਕੇ ਗੱਡੀਆਂ ਦੇ ਚਾਕੇ ਨੇ ਬਲੇਤਵਾੜਤਾ ਨਹੀਂ ਅਸੀਂ ਬਾਪੂ ਕੋਲ ਲਿਆ ਸਿਮਰਾਜ ਲੜਕੇ ਵਾਹ ਕੀ ਬਾਤ ਆ ਕਮਾਲ ਦੀ ਗਾਇਕੀ ਹੈ ਮੰਗਲ ਸੰਧੂ ਜੀ ਤੁਹਾਡੀ ਤੁਸੀਂ ਬਹੁਤ ਸੋਹਣਾ ਗਾਉਂਦੇ ਹੋ ਉਹਦੀ ਕਿਰਪਾ ਮਾਨ ਮੰਗਲ ਜੀ ਤੁਹਾਡਾ ਸਰਕਲ ਬਹੁਤ ਵਧੀਆ ਸੀ ਅਮਰਿੰਦਰ ਗਿੱਲ ਭਾਜੀ ਹੁਣਾਂ ਨਾਲ ਤੁਸੀਂ ਰਹੇ ਹੋ ਤੇਜੀ ਸੰਧੂ ਹੁਣਾਂ ਨਾਲ ਰਹੇ ਹੋ ਕਪਿਲ ਸ਼ਰਮਾ ਜੋ ਕਿ ਦੁਨੀਆ ਪੂਰੀ ਦੁਨੀਆ ਪਰ ਦੇ ਵਿੱਚ ਬਹੁਤ ਵੱਡਾ ਨਾਮ ਹੈ ਉਹਨਾਂ ਨੂੰ ਇੱਕ ਦੋ ਵਾਰ ਸੋਸ਼ਲ ਮੀਡੀਆ ਤੇ ਦੇਖਿਆ ਵੀ ਤੁਹਾਡੇ ਗਾਣੇ ਬਾਰੇ ਬੋਲਦੇ ਹੋਇਆ ਕਪਿਲ ਨੇ ਖਾਨ ਕੀਤਾ ਸੀਗਾ ਉਹਨਾਂ ਤੱਕ ਕਦੀ ਪਹੁੰਚ ਕੀਤੀ ਹੈ ਕਿਉਂਕਿ ਉਹ ਤੇ ਉਹਨਾਂ ਨੇ ਤੇ ਬੜਿਆਂ ਨੂੰ ਹਾਂਜੀ ਹਾਂਜੀ ਖੜਕੇ ਤਾਰਿਆ ਤੇਜੀ ਸੰਧੂ ਹੁਣਾਂ ਨੂੰ ਆਪਣੇ ਪ੍ਰੋਗਰਾਮ ਚ ਖੜਿਆ ਤੁਹਾਨੂੰ ਨਹੀਂ ਕਿਤੇ ਮੌਕਾ ਦਿੰਦੇ ਕਿ ਤੁਸੀਂ ਕਿਹਾ ਨਹੀਂ ਕਦੀ ਨਹੀਂ ਮੈਂ ਕਿਆ ਨਹੀਂ ਮੇਰਾ ਰਾਫਤਾਰ ਨਿਕਾਇਮ ਹੋਇਆ ਕਿ ਅ ਕਿਉਂਕਿ ਰਾਫਤਾਰ ਨਾ ਬੜਿਆ ਨਹੀਂ ਹੂੰ ਉਹ ਫਿਰ 2007 ਤੋਂ ਬੰਬਈ ਚਲਾ ਗਿਆ ਹੂੰ ਤੇ ਇਹਨਾਂ ਨੂੰ ਮਿਲਦੇ-ਗਿਲਦੇ ਰ ਮੈਨੂੰ ਮੈਂ ਹਾਂ ਫਰੰਗੀ ਉਹਦੀ ਫਿਲਮ ਦੇ ਅਸੀਂ ਗਏ ਸੀ ਸ਼ੂਟ ਤੇ ਉਹ ਬੁਲਾਇਆ ਵੀ ਸੀਗਾ ਭਰਾ ਨੇ ਅਸੀਂ ਰਹੇ ਕਾਫੀ ਦਿਨ ਤੇ ਐਕਚੁਅਲ 'ਚ ਕੀ ਹੈ ਗੱਲ ਇਹ ਨਹੀਂ ਹੁੰਦੀ ਗੱਲ ਉਹਦੀ ਕੀ ਪਤਾ ਮਨ 'ਚ ਹੋਵੇ ਉਹ ਬੜਾ ਵਧੀਆ ਇਨਸਾਨ ਆ ਸਾਰਾ ਹੈਲਪ ਕਰਦਾ ਹੂੰ ਜਿੰਨੇ ਵੀ ਜਾਣਦੇ ਨੇ ਹੋ ਸਕਦਾ ਥੋੜੇ ਸਮੇਂ 'ਚ ਬਣ ਜਾਵੇ ਹੂੰ ਸਾਡਾ ਰਾਫਤਾ ਬਣ ਜੇ ਉਹਦੇ ਨਾਲ ਤੇ ਉਹਦੇ ਮਨਚ ਹੋਊਗਾ ਪਰ ਸ਼ਡਿਊਲ ਬਹੁਤ ਬਿਜ਼ੀ ਹੈ ਤੁਹਾਨੂੰ ਪਤਾ ਹੋ वर्ल्ड ਦਾ 스타 ਮੀਟਿੰਗਾਂ ਇਹ ਉਹ ਅਸੀਂ ਇੱਕ ਆਮ ਕਲਾਕਾਰ ਹੀ ਨਹੀਂ ਬਿਜ਼ੀ ਹੋ ਜਾਂਦੇ ਆ ਆਪਣੇ ਪਰਿਵਾਰ ਨੂੰ ਲੈ ਕੇ ਇੱਧਰ ਜਾਣਾ ਉੱਧਰ ਨੂੰ ਤੇ ਫਿਰ ਵੀ ਉਹਦੇ ਉਹਦਾ ਕਿੰਨਾ ਕਹਿ ਸਕਦੇ ਦਾਹਰਾ ਹੈ ਹੂੰ ਉਹਦੇ ਵਿੱਚ ਹੋ ਯਾਦ ਹੋਊਗਾ ਚਲੋ ਜਦੋਂ ਪਰ ਹੋ ਸਕਦਾ ਕਿ ਆਉਣ ਵਾਲੇ ਸਮੇਂ 'ਚ ਸਾਡਾ ਰਾਫਤਾ ਕੇਮ ਹੋਵੇ ਉਹਦੇ ਨਾਲ ਹਾਂ ਹਾਂ ਹੈ ਹੈ ਕਿਉਂਕਿ ਬੜਿਆਂ ਨੂੰ ਖੜਿਆ ਕੀਤਾ ਉਹਨਾਂ ਨੇ ਹਾਂਜੀ ਹਾਂ ਬੜਿਆਂ ਦਾ ਸਾਥ ਦਿੱਤਾ ਬਿਲਕੁਲ ਹਰੇਕ ਯਾਰ ਦੋਸਤ ਨੂੰ ਮੌਕਾ ਦਿੰਦੇ ਕਹਿੰਦੇ ਕਪਿਲ ਸ਼ਰਮਾ ਹਾਂ 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 ਬੜਿਆਂ ਨੂੰ ਇਹ ਕਿਵੇਂ ਕਿਹਦੇ ਨਾਲ ਆਵਾਂ ਚਲੋ ਸਾਡੀ ਵੀ ਵਾਰੀ ਵਾਰੀ ਆ ਜਾਏਗੀ ਸਾਰੇ ਸਾਡੇ ਭਰਾ ਹੀ ਨੇ ਜਿਨੇ ਉਹਨਾਂ ਦੇ ਸੈਟ ਦੇ ਕੰਮ ਕਰਦੇ ਨੇ ਉਹ ਵੀ ਆਪਣੇ ਦੋਸਤ ਦਿਨੇਸ਼ ਜੀ ਹੋਣ ਗਿਟਾਰ ਵਾਲੇ ਦਿਨੇਸ਼ ਭਰਾ ਸਾਡਾ ਵੱਡਾ ਤੇ ਤੇਜੀ ਸੰਧੂ ਪਾਈ ਠਾਕੁਰ ਜੀ ਤੇਜੀ ਹੁਣੀ ਜਾਂਦੇ ਰਹਿੰਦੇ ਨੇ ਜਸਵੰਤ ਸਿੰਘ ਹੋ ਗਿਆ ਸਾਰੇ ਭਰਾ ਨੇ ਤੇ ਦੇਖੋ ਕਦੋਂ ਮੇਲ ਹੁੰਦਾ ਅਟੈਚ ਲੱਗਦਾ ਵੀ ਮੰਗਲ ਸੰਧ ਹੋਣਾ ਦਾ ਸਮਾਂ ਆਊਗਾ ਦੇਖੋ ਉਹ ਸਾਸ ਦੇ ਨਾਲ ਹੀ ਚੱਲੇ ਮੈਨੂੰ ਇਹ ਨਹੀਂ ਹੁਣ ਮੇਰੇ ਮਨ ਚ ਰਹਿ ਗਿਆ ਕਿ ਮੈਂ ਬਹੁਤ ਵੱਡੀਆਂ ਕੋਠੀਆਂ ਹੁਣ ਗੱਡੀਆਂ ਹੁਣ ਮੈਂ ਤੇ ਕਹਿੰਦਾ ਕਿ ਰੋਜੀ ਰੋਟੀ ਇਸ ਲਾਈਨ ਚੱਲੀ ਜਾਵੇ ਆਪਣਾ ਦਾਲ ਫੁਲਕਾ ਚੱਲੀ ਜਾਵੇ ਬਹੁਤ ਵੱਡੀ ਗੱਲ ਕਹਿੰਦੇ ਜਿਹੜਾ ਕਲਾਕਾਰੀ ਵਾਲਾ ਕੀੜਾ ਨਾ ਇਹ ਜੀ ਨਹੀਂ ਦਿੰਦਾ ਬਸ ਧੀ ਇਹੋ ਸਮਝ ਲਓ ਇੰਨੇ ਇਹੋ ਹੀ ਉਦੋਂ ਦਾ ਹੁਣ ਤੱਕ ਲਈ ਆਉਂਦਾ 24 ਸਾਲ ਇੰਨੇ ਲਿਆਂਦਾ ਇੰਨੇ ਲਿਆਂਦਾ ਛੋੜੀ ਸ ਘਰ ਦੀ ਰੋਜੀ ਰੋਟੀ ਫਿਰ ਮੰਮੀ ਦੀ ਪੈਨਸ਼ਨ ਤੋਂ ਚੱਲਦੀ ਉਹਨਾਂ ਨੂੰ ਤਾਂ ਲਾਲੋ ਜੀ ਉਹਨਾਂ ਦੇ ਉਹਨਾਂ ਦਾ ਕਹਿ ਸਕਦੇ 70% ਉਹਨਾਂ ਦਾ ਸਹਿਯੋਗ ਆ। ਬਾਕੀ ਥੋੜਾ ਬਹੁਤਾ ਕਿਤੇ ਨਾ ਕਿਤੇ ਆਪਾਂ ਤੋਰੇ ਰਹੀਦਾ। ਹੂੰ। ਮਹੀਨੇ 'ਚ ਕਿੰਨੇ ਕੁ ਪ੍ਰੋਗਰਾਮ ਲਾ ਲੈਨੇ? ਯਾਰੀ ਦੋਸਤੀ ਦੇ ਸਿਰ ਤੇ। ਸੱਚੀ ਦੱਸਣਾ। ਹਾਂ। 4-5 ਲੱਗੇ ਜਾਂਦੇ ਨੇ। ਲੱਗ ਜਾਂਦੇ ਨੇ। ਹਾਂ। ਬਈ ਯਾਰੀ ਦੋਸਤੀ ਫਿਰ ਤੇ ਹੀ ਆ। ਉਹ ਕੋਈ ਬੁਕਿੰਗ ਨਹੀਂ। ਸਾਲ ਦੇ ਵਿੱਚ ਤੁਹਾਨੂੰ ਪਤਾ ਉਹ ਸਾਲ 'ਚ ਇਹ ਹੈ ਕਿ ਕਿਸ 4-5 ਲੱਗੇ ਕਈ ਵਾਰ 2 ਮਹੀਨੇ ਕੋਈ ਵੀ ਨਹੀਂ ਲੱਗਦਾ। ਅੱਛਾ ਇਦਾਂ ਵੀ ਹੁੰਦਾ। ਹਾਂ ਇਦਾਂ ਵੀ ਹੁੰਦਾ। ਬਿਲਕੁਲ ਹੁੰਦਾ। ਜਦੋਂ ਨਵਾਂ ਗੀਤ ਕਰਨਾ ਹੁੰਦਾ ਪੱਲਿਓ ਕਿੰਨੇ ਕ ਪੈਸੇ ਲਾ ਲੈਨੇ ਆ ਪੱਲਿਓ ਦੇਖੋ ਆਡੀਓ ਪਹਿਲਾਂ ਤੁਹਾਡਾ ਆਡੀਓ ਬਣਾਉਣਾ ਪੈਂਦਾ ਫਿਰ ਮਿਊਜ਼ਿਕ ਬਣ ਗਿਆ ਫਿਰ ਵੀਡੀਓ ਪ੍ਰੋਮੋਸ਼ਨ ਰਲ ਮਿਲ ਕੇ ਹੁੰਦਾ ਜੀ ਥੋੜਾ ਬਹੁਤਾ ਮੈਂ ਕਰਦਾ ਜਿੱਦਾਂ ਮਰਜ਼ੀ ਮੈਂ ਚੱਕ ਥਾਲ ਕੇ ਕਰਾਂ ਬਾਕੀ ਕੰਮ ਉਹ ਵੀ ਕਰਦੇ ਨੇ ਕੰਪਨੀਆਂ ਵੀ ਕਰਦੇ ਮੰਗਲ ਸੰਧੂ ਜੀ ਨੇ ਹੁਣ ਤੱਕ ਕਿੰਨੇ ਲੱਖ ਰੁਪਈਆ ਲਾਤਾ ਗੀਤਾਂ ਦੇ ਉੱਪਰ ਮੈਂ ਜਿੰਨੇ ਲੱਖ ਰੁਪਈਆ ਕੋਲ ਲਾ ਜਿਪਕਿਆ ਮੇਰਾ ਮੈਨੂੰ ਲੱਗਦਾ ਘਰ ਵਧੀਆ ਬੈਣਾ ਸੀ ਜਾਂ ਕਾਰ ਹੀ ਬਹਿਣਾ ਸੀਗਾ ਚਲੋ ਗੱਡੀਆਂ-ਗੱਡੀਆਂ ਤਾਂ ਨਹੀਂ ਮੈਂ ਕਹਿ ਸਕਦਾ ਹੂੰ ਕਿਉਂਕਿ ਇੱਕ ਆਰਟਿਸਟ ਨੂੰ ਇਹ ਹੁੰਦਾ ਹੈ ਕਿ ਉਹਦਾ ਕਾਰ ਹੋਵੇ ਉਹਦੇ ਕੋਲ ਜਿਹੜੇ ਗੱਡੀਆਂ ਆ ਜਾਂ ਕੁਛ ਇਹ ਤਾਂ ਪਰਮਾਤਮਾ ਦੇ ਦੇਣਾ ਇਹ ਇਹ ਸੰਭਾਲਣੀਆਂ ਵੀ ਔਖੀਆਂ ਹੂੰ ਜੋ ਦਿੰਦਾ ਤੇ ਖਰਚਾ ਹੀ ਆ ਖਰਚਾ ਹੀ ਆ ਐ ਤਾਂ ਖਰਚਾ ਹੀ ਹੈ ਜਦ ਤੂੰ ਵੀ ਤੁਰਪੋ ਗੱਡੀ ਦੇ ਵਿੱਚ ਹੂੰ ਤੇ ਉਹਦੀ ਮौज ਆ ਜੀ ਉਹ ਕਹਿੰਦੇ ਬਣਮਸਤ ਮੌਲਾ ਤੇ ਛੱਡ ਨਜ਼ਾਰੇ ਜ਼ਿੰਦਗੀ ਦੇ ਉਹਦੀ ਮौज ਆ ਜੀ ਗਾਣਾ ਗਾਇੰਦਰ ਸਿੰਘ ਲੱਖੇਵਾਲੀ ਹੂੰ ਮੰਗਲ ਜੀ ਮੈਨੂੰ ਪਤਾ ਤੁਸੀਂ ਅੰਦਰੋਂ ਅੰਦਰ ਹੀ ਭਾਵੁਕ ਹੋ ਬਹੁਤ ਜ਼ਿਆਦਾ ਹੋ ਤੁਹਾਡਾ ਮਨ ਬਹੁਤ ਉਦਾਸ ਆ ਇੰਨਾ ਸਮਾਂ ਹੋ ਗਿਆ ਔਰ ਕਰਦੇ ਆ ਕਰਾਉਂਦੇ ਆ ਹੌਲੀ ਹੌਲੀ ਇੱਥੋਂ ਤੱਕ ਆਏ ਹੋ ਹਾਂਜੀ ਹਾਂਜੀ ਤੇ ਅਸੀਂ ਤੁਹਾਡੇ ਵਾਸਤੇ ਬਹੁਤ ਸਾਰੀਆਂ ਦੁਆਵਾਂ ਕਰਾਂਗੇ ਬਹੁਤ ਸਾਰਾ ਪਿਆਰ ਤੁਹਾਨੂੰ ਬਹੁਤ ਸਾਰਾ ਸਤਿਕਾਰ ਤੁਹਾਨੂੰ ਵੀ ਤੁਹਾਨੂੰ ਪਰਮਾਤਮਾ ਚੜ੍ਹਦੀ ਕਲਾ ਚ ਕਰੇ ਜਿੰਨਾ ਸੋਹਣਾ ਤੁਸੀਂ ਗਾਉਂਦੇ ਹੋ ਜਿੰਨੇ ਸੋਹਣੇ ਤੁਹਾਡੇ ਗੀਤ ਨੇ ਤੁਸੀਂ ਵੀ ਕਿਸੇ ਦੇ ਨਜ਼ਰ ਚਾਹੂੰ ਕਿਸੇ ਦੀ ਨਿਗਾਹ ਚਾਹੂੰ ਤੇ ਫਰਮਾਤਮਾ ਤੁਹਾਨੂੰ ਵੀ پاਗਲਾਵੇ ਸਹੀ ਬਿਲਕੁਲ ਆਉਣ ਵਾਲੇ ਸਮੇਂ ਚ ਕੀ ਕੁਝ ਲੈ ਕੇ ਆ ਰਹੇ ਹਾਂ ਜਾਂਦੇ ਜਾਂਦੇ ਦਰਸ਼ਕਾਂ ਨੂੰ ਜ਼ਰੂਰ ਰਸਕੇ ਜਾਓ ਹਾਂਜੀ ਹਾਂਜੀ ਆਉਣ ਵਾਲੇ ਸਮੇਂ ਚ ਆ ਰਹੇ ਨੇ ਕੁਝ ਗਾਣੇ ਵੀ ਆ ਰਹੇ ਨੇ ਧਾਰਮਿਕ ਟਰੈਕ ਵੀ ਆ ਰਹੇ ਨੇ ਹੂੰ ਤੇ ਗਾਣਾ ਮੈਂ ਦਾਸ ਤੇ ਕਰ ਰਹੇ ਹਾਂ ਹਮ ਉਹ ਵੀ ਸਮਾਜਿਕ ਰੀਤੀਆਂ ਲਈ ਜਿਹੜਾ ਤੁਸੀਂ ਸੁਣਾਉਂ ਹਾਂ ਮੈਂ ਉਹ ਸਥਾਈ ਅੰਤਰ ਸਥਾਈ ਸੁਣਾਵਾਂਗਾ ਤੁਹਾਨੂੰ ਜੀ ਤੇ ਹੋਰ ਵੀ ਛੋਗਾਰੇ ਨੇ ਦੇਖੋ ਇਹ ਮੈਂ ਉਹ ਪਹਿਲਾਂ ਦੱਸੇ ਗੋਣ ਦਾ ਥੈਂਕਸ ਕਰਦਾ ਜਿਹੜੇ ਮੇ ਨਾਲ ਜੁੜੇ ਨੇ ਜੀ ਉਹ ਕਿਤੇ ਨਾ ਕਿਤੇ ਮੇਰੀ ਬਾਹ ਫੜੀ ਰੱਖਦੇ ਨੇ ਥੋੜਾ ਥੋੜਾ ਕਰੀ ਜਾਂਦੇ ਨੇ ਕਿ ਆਹ ਰਹੇ ਛੱਡ ਕੇ ਨਾ ਬਹਿ ਜਾਵੇ ਹਮ ਕਿਉਂਕਿ ਬੜਾ ਔਖਾ ਹੈ ਭਾਜੀ ਕਰ ਹੀ ਨਹੀਂ ਸਕਦਾ ਬੰਦਾ ਜਿਵੇਂ ਮੈਂ ਇੱਕ ਗਾਣਾ ਰੀਲੀਜ਼ ਕਰਨਾ ਕਿੱਥੋਂ ਕਰ ਲੇਗਾ ਪਹਿਲਾਂ 뮤직 ਬਣਾਉਗਾ ਵੀਡੀਓ ਬਣਾਉਗਾ ਪ੍ਰੋਮੋਸ਼ਨ ਕਰੂਗਾ ਬੜਾ ਔਖਾ ਮੁਸ਼ਕਲ ਹੈ ਤੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਰਿਣੀਆਂ ਜਿਹੜੇ ਮੇਰੇ ਨਾਲ ਅਜੇ ਵੀ ਖੜੇ ਨੇ ਮੇਰੀ ਸਪੋਰਟ ਕਰੀ ਜਾ ਰਹੇ ਨੇ ਤੇ ਮੈਨੂੰ ਆਸ ਹੈ ਕਿ ਕਿਤੇ ਨਾ ਕਿਤੇ ਪ੍ਰਮਾਤਮਾ ਹੂੰ ਸੁਣੇਗਾ ਜੇ ਨਹੀਂ ਵੀ ਸੁਣਦਾ ਫੇਰ ਵੀ ਉਹ ਫੇਰ ਵੀ ਆਪਾਂ ਉਹਨੂੰ ਕੀ ਕਹਿ ਸਕਦੇ ਹਾਂ ਉਹ ਉਹ ਜ਼ਿਆਦਾ ਜਾਣਦਾ ਉਹ ਦਿਲ ਦੀ ਉਹ ਜ਼ਿਆਦਾ ਦਿਲ ਦੇ ਬਿਹਤਰ ਜਾਣਦਾ ਸਰ ਹੂੰ ਆਉਣ ਦਿਓ ਫਿਰ ਦਾਜ ਵਾਲਾ ਗੀਤ ਹਾਂ ਹਾਂ ਉਹ ਗੀਤ ਮੇਰੇ ਬੜੇ ਦਿਲ ਦੇ ਕਰੀਬ ਆ ਕਿਉਂਕਿ ਉਹ ਮੇਰੀ ਵਾਈਫ ਨੂੰ ਬਹੁਤ ਪਸੰਦ ਹੈ अच्छा ओ गाने ਤੁਸੀਂ ਇਹ ਗੀਤ ਜ਼ਰੂਰ ਕਰੋ ਇਹ ਗੀਤ ਸ਼ਾਇਦ ਹੋ ਕਿਉਂਕਿ ਜ਼ਰੂਰੀ ਨਹੀਂ ਕਿ ਤੁਸੀਂ ਤੁਹਾਡੇ ਜੋ ਅੱਜ ਕੱਲ ਗਾਣੇ ਚੱਲਦੇ ਨੇ ਉਹ ਹੀ ਚੱਲਣ ਤੁਸੀਂ ਇੱਕ ਗਾਇਕੀ ਵਧੀਆ ਮਿਆਰ ਰੱਖੋ ਵਧੀਆ ਹਰ ਸਰਤਾਜ ਜੀ ਹੈਗੇ ਨੇ ਉਹ ਵਧੀਆ ਗਾਉਂਦੇ ਨੇ ਉਹ ਵੀ ਚੱਲਦੇ ਨੇ ਬਿਲਕੁਲ ਹੋਰ ਕਨਵਰ ਬਾਈ ਹੈਗਾ ਥੰਮਾ ਡੁੰਮੇ ਵਾਲੀ ਹੋਰ ਬਹੁਤ ਆਰਟਿਸਟਸ ਬਾਕੀ ਮੈਂ ਕਿਸੇ ਨੂੰ ਕਹਿੰਦਾ ਨਹੀਂ ਹਰ ਇੱਕ ਦੀ ਆਪਣੀ ਲਾਈਫ ਆ ਆਪਣਾ ਸੁਭਾਅ ਹੈ ਗਾਉਣ ਦਾ ਆਪਣਾ ਜਨਰ ਆਪਣਾ ਜਨਰ ਆਪਣਾ ਮਨ ਉਹ ਜੋ ਮਰਜੀ ਕਰੇ ਮੈਨੂੰ ਕਿਸੇ ਨਾਲ ਨਹੀਂ ਮੈਂ ਤੇ ਜੋ ਮੇਰੇ ਮਨ ਨੂੰ ਲੱਗਦਾ ਜਾਂ ਮੈਨੂੰ ਮੇਰੇ ਦੋਸਤ ਮੈਨੂੰ ਲਿਖ ਕੇ ਦਿੰਦੇ ਨੇ ਵਧੀਆ ਉਹਨਾਂ ਜੋ ਮੈਂ ਚੋਣ ਕਰਦਾ ਗਿਆ ਗੀਤ ਆਪਾਂ ਕਰ ਲਈਏ ਨਾ ਇਹ ਗੀਤ ਮੈਂ ਆਪਣੇ ਕੋ ਐਫਰਟ ਕਰੂੰਗਾ ਬਸ ਬਾਕੀ ਇਹ ਪ੍ਰਮਾਤਮਾ ਨੇ ਚਾਇਆ ਜਿੱਦਾਂ ਉਹ ਸਰੋਤਿਆਂ ਨੂੰ ਚੰਗਾ ਲੱਗੇ ਆਉਣ ਦਿਓ ਝੁੱਕ ਕਰ ਜਾ ਨਾ ਦੇਵੀ ਮੈਨੂੰ ਦਾਜ ਬਾਬੂਲਾ ਚੁੱਕ ਕਰ ਜਾ ਨਾ ਦੇਵੀ ਮੈਨੂੰ ਦਾਜ ਬਾਬੂਲਾ ਸਾਰੀ ਉਮਰਾਂ ਨਿਲਖਣਾ ਸਾਰੀ ਉਮਰਾਂ ਨਿਲਖਣਾ ਵਿਆਜ ਬਾਬੂਲਾ ਹੋ ਚੁੱਕ ਕਰ ਜਾ ਨਾ ਦੇਵੀ ਮੈਨੂੰ ਦਾਜ ਬਾਬਲਾ ਬਾਪੂ ਵੀਰਾਂ ਦੇ ਨਿਆਣੇ ਪਹਿਲੀ ਪਾਵੀ ਨਾ ਤੂੰ ਗੈਣੇ ਬਾਪੂ ਵੀਰਾਂ ਦੇ ਨਿਆਣੇ ਪਹਿਲੀ ਪਾਵੀ ਨਾ ਤੂੰ ਗੈਣੇ ਹੋ ਜੇ ਤੂੰ ਚੱਕ ਲਿਆ ਵਾਜੀ ਤੇਰੇ ਸਿਰੋਂ ਨਿਉ ਲੈਣ ਤੇਰੇ ਸਿਰੋਂ ਨਿਉ ਲੇਣੀ ਹੋ ਸ਼ਹੂਕਾਰਾਂ ਦਾ ਤੂੰ ਹੋ ਜਾਏਂਗਾ ਗੁਲਾਮ ਬਾਬੂਲਾ ਸ਼ਹੂਕਾਰਾਂ ਦਾ ਤੂੰ ਹੋ ਜਾਏਂਗਾ ਗੁਲਾਮ ਬਾਬੂਲਾ ਸਾਰੀ ਉਮਰਾਂ ਨਿਲਖਣਾ ਵਿਆਜ ਬਾਬੂਲਾ ਛੁੱਕ ਕਰ ਜਾਣਾ ਦੇਵੀ ਮੈਨੂੰ ਦਾਜ ਬਾਬੂਲਾ ਮੈਨੂੰ ਦਾਜ ਬਾਬਲਾ ਤੁਹਾਡਾ ਇਹ ਗੀਤ ਬਹੁਤ ਵਧੀਆ ਹਾਂਜੀ ਮਨ ਨੂੰ ਤੁੰਬਦਾ ਹੋਇਆ ਗੀਤ ਆ ਥੈਂਕ ਯੂ ਦਿਲ ਚ ਵੱਜਦੀਆਂ ਗੀਤ ਦੀਆਂ ਇਹ ਸਤਰਾਂ ਹਾਂ ਇਹ ਇਹ ਮੈਂ ਕਦੀ ਵੀ ਨਹੀਂ ਕਿਤੇ ਗਾਇਆ ਅੱਜ ਪਹਿਲੀ ਵਾਰੀ ਪ੍ਰਾਈਮ 에ਸ਼ੀਆ ਟੀਵੀ ਦੇ ਮੈਂ ਗੀਤ गा ਰਿਹਾ ਤੇ ਥੋੜੇ ਦਿਨਾਂ ਚੋਂ ਪਹਿਲਾਂ ਲਾਂਚ ਕਰ ਰਹੇ ਆ ਸਾਰਾ ਮਿਊਜ਼ਿਕ ਤਿਆਰ ਹੋ ਰਿਹਾ ਮੰਗਲ ਸੰਧੂ ਜੀ ਸਾਡੇ ਵੱਲੋਂ ਤੇ ਸਾਡੀ ਸਾਰੀ ਟੀਮ ਦੇ ਵੱਲੋਂ ਤੁਹਾਨੂੰ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਕਿ ਤੁਸੀਂ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਕਰੋ ਤੇ ਜਿਹੜੀ ਮਿਹਨਤ ਤੁਸੀਂ 24 ਸਾਲਾਂ ਤੋਂ ਕਰਦੇ ਆ ਰਹੇ ਹੋ ਪ੍ਰਮਾਤਮਾ ਨੂੰ ਭਾਗ ਲਾਵੇ ਇਹ ਅਸੀਂ ਆਸ ਕਰਦੇ ਹਾਂ ਪ੍ਰਮਾਤਮਾ ਤੋਂ ਵੀ ਤੇ ਤੁਹਾਡੇ ਦਰਸ਼ਕਾਂ ਤੋਂ ਤੇ ਸਰੋਤਿਆਂ ਤੋਂ ਵੀ ਠੀਕ ਹੈ ਸੋ ਥੈਂਕ ਯੂ ਵੈਰੀ ਮੱਚ ਬਹੁਤ ਸ਼ੁਕਰੀਆ ਜੀ ਥੈਂਕ ਯੂ ਥੈਂਕ ਯੂ ਵੈਰੀ ਮੱਚ ਸੋ ਇਸਨ ਜੀ ਸਾਡੇ ਨਾਲ ਮੰਗਲ ਸੰਧੂ ਜੀ ਲੰਬਾ ਸਮਾਂ ਗਾਇਕੀ ਗਾਉਂਦੇ ਜਿਹੜੇ ਨੇ ਲੰਬੇ ਸਮੇਂ ਤੋਂ ਗੀਤ ਗਾਉਂਦੇ ਆ ਰਹੇ ਨੇ ਲੇਕਿਨ ਹਾਲੇ ਤੱਕ ਉਹ ਜਿਆ ਜਿਹੜਾ ਸਮਾਂ ਉਹ ਚਾਹੁੰਦੇ ਨੇ ਉਹ ਅਜੇ ਤੱਕ ਨਹੀਂ ਆਇਆ ਪਰਮਾਤਮਾ ਜਲਦੀ ਹੀ ਇਹਨਾਂ ਨੂੰ ਤਰੱਕੀ ਦੇਵੇ ਔਰ ਇਸੇ ਚੰਗੇ ਗਵਈਏ ਜਿਹੜੇ ਨੇ ਉਹਨਾਂ ਨੂੰ ਉੱਪਰ ਲੈ ਕੇ ਆਉਣ ਦੀ ਅੱਗੇ ਲੈ ਕੇ ਆਉਣ ਦੀ ਜ਼ਰੂਰਤ ਹੈ ਅਜਿਹੇ ਕਲਾਕਾਰਾਂ ਨੂੰ ਸਪੋਰਟ ਕਰਿਆ ਕਰੋ ਹੋਰ ਚੀਜ਼ਾਂ ਅਸੀਂ ਬਹੁਤ ਸ਼ੇਅਰ ਕਰਦੇ ਆਂ ਪਰ ਜਿਹੜੇ ਇਹੋ ਜਿਹੇ ਚੰਗੇ ਗਾਉਣ ਵਾਲੇ ਨੇ ਚੰਗੇ ਗਵਈਏ ਨੇ ਚੰਗਾ ਸਾਫ਼ ਸੁਥਰਾ ਪਰਿਵਾਰ ਚ ਬਹਿ ਕੇ ਸੁਣਨ ਵਾਲੇ ਗੀਤ ਜਿਹੜੇ ਗਾਉਂਦੇ ਨੇ ਉਹਨਾਂ ਦੀ ਬਾਜ਼ ਜ਼ਰੂਰ ਫੜਿਆ ਕਰੋ ਮਾੜੇ ਮੋٹے ਪ੍ਰੋਗਰਾਮ ਤਾਂ ਤੁਸੀਂ ਕਰਦੇ ਹੋ ਤੇ ਉਹੋ ਜੇ ਪ੍ਰੋਗਰਾਮਾਂ 'ਚ ਇਹੋ ਜੇ ਕਲਾਕਾਰਾਂ ਨੂੰ ਜ਼ਰੂਰ ਬੁਲਾ ਕੇ ਕੰਮ ਦੋ ਪੈਸਾ ਨਹੀਂ ਇਹੋ ਜੇ ਕਲਾਕਾਰ ਮੰਗਦੇ ਕੰਮ ਮੰਗਦੇ ਨੇ ਵੀ ਕੰਮ ਮਿਲੇ ਅਸੀਂ ਆਪਣੇ ਕੰਮ ਨਾਲ ਆਪਣੀ ਮਿਹਨਤ ਨਾਲ ਰੋਜ਼ੀ-ਰੋਟੀ ਖਾ ਸਕੀਏ ਸੋ ਅੱਜ ਦੀ ਇਹ ਮੁਲਾਕਾਤ ਤੁਹਾਨੂੰ ਕਿਵੇਂ ਲੱਗੀ ਫੀਡਬੈਕ ਕਰਕੇ ਜ਼ਰੂਰ ਦੱਸਿਓ ਆਪਣੇ ਕਮੈਂਟਸ ਜ਼ਰੂਰ ਕਰਿਓ ਕਮੈਂਟ ਸੈਕਸ਼ਨ ਦੇ ਵਿੱਚ ਤੇ ਅਗਲੀ ਮੁਲਾਕਾਤ ਕੈਸੇ ਫਨਕਾਰ ਕੈਸੇ ਕਲਾਕਾਰ ਦੇ ਨਾਲ ਕਰਨਾ ਚਾਹੁੰਦੇ ਹੋ ਇਹ ਵੀ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਫਿਲਹਾਲ ਦੇ ਲਈ ਮੈਨੂੰ ਪਰਮ ਸਿੰਘ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਪ੍ਰਾਈਮੇਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਸਤਿ ਸ੍ਰੀ ਅਕਾਲ